ਵਿਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹਲਾ ਪੰਜਵਾਂ, ਘਰ ਸਤਾਰਵਾਂ ਆਸਾ ਵਰੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ। ਗੋਬਿੰਦ ਗੋਬਿੰਦ ਕਰ ਹਾਂ, ਹਰ ਹਰ ਮਨ ਪਿਆਰ ਹਾਂ। ਗੁਰ ਕਹਿਆ ਸੋ ਚਿਤ ਧਰ ਹਾਂ, ਅਨ ਸਿਉ ਤੋਰ ਫੇਰ ਹਾਂ। ਐਸੇ ਲਾਲਨ ਪਾਇਓ ਰੀ ਸਖੀ ਰਹਾਉ, ਪੰਕਜ ਮੋ ਸਰ ਹਾਂ, ਪੱਗ ਨਹੀਂ ਚੱਲੈ ਹਰ ਹਾਂ। ਗਹਿਡਿਓ ਮੂੜ ਨਰ ਹਾਂ, ਅਨਨ ਉਪਾਵ ਕਰ ਹਾਂ। ਤੋ ਨਿਕਸੈ ਸ਼ਰਨ ਪੈਰੀ ਸਖੀ, ਥਿਰ ਥਿਰ ਚਿਤ ਥਿਰ ਹਾਂ। ਬਨ ਗ੍ਰਹਿ ਸੰਸਰ ਹਾਂ, ਅੰਤਰ ਏਕ ਪਿਰ ਹਾਂ, ਬਾਹਰ ਅਨੇਕ ਧਰ ਹਾਂ। ਰਾਜਨ ਜੋਗ ਕਰ ਹਾਂ, ਕਹੋ ਨਾਨਕ ਲੋਗ ਅਲੋਗੀ ਰੀ ਸਖੀ। ਰਾਜਨ ਜੋਗ ਕਰ ਹਾਂ, ਕਹੋ ਨਾਨਕ ਲੋਗ ਅਲੋਗੀ ਰੀ ਸਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਨਾਲ ਬੰਧਨ ਟੁੱਟ ਸਕਦੇ ਨੇ, ਗੁਰਬਾਣੀ ਗੁਰੂ ਹੈ, ਬਾਣੀ ਹੀ ਗੁਰੂ ਹੈ, ਜਾਂ ਇਉਂ ਕਹਿ ਲਈਏ ਗੁਰਬਾਣੀ ਬੰਧਨ ਕੱਟਣ ਹਾਰ ਹੈ। ਗੁਰਬਾਣੀ ਜਿਹੜੀ ਹੈ, ਇਹਦੇ ਨਾਲ ਮਨੁੱਖ ਮੋਹ ਦੇ ਚਿੱਕੜ ਵਿੱਚੋਂ ਬਾਹਰ ਆ ਸਕਦਾ ਹੈ, ਪਰ ਕਿਵੇਂ ਇਹਦੇ ਉੱਤੇ ਆਪਾਂ ਵਿਚਾਰ ਕਰਨ ਦਾ ਯਤਨ ਕਰਾਂਗੇ। ਦੋ ਤਿੰਨ ਵਿਸ਼ੇ ਜੋ ਕੱਲ੍ਹ ਬਾਕੀ ਬਚੇ ਸਨ, ਗੁਰਬਾਣੀ ਦੁਆਰਾ ਜੀਵਨ ਦੀ ਖੋਜ, ਗੁਰਬਾਣੀ ਦੇ ਵਿੱਚ ਸਮਾਉਣਾ, ਗੁਰੂ ਦੇ ਵਿੱਚ ਲੀਨ ਹੋ ਜਾਣਾ, ਅਤੇ ਦੋ ਵਿਚਾਰ ਹੋਰ ਸਾਂਝੇ ਕਰਨ ਦਾ ਯਤਨ ਕਰਾਂਗਾ। ਗੁਰਬਾਣੀ ਦਾ ਅਦਬ ਸਤਿਕਾਰ ਔਰ ਗੁਰਬਾਣੀ ਦੀ ਸ਼ਕਤੀ, ਇਹਨਾਂ ਚਾਰ ਵਿਸ਼ਿਆਂ ਨੂੰ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਵਿੱਚ ਆਪਾਂ ਗੁਰਮਤ ਦੇ ਅਹਿਮ ਮੁੱਦਿਆਂ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਦੂਰ ਨੇੜੇ ਬਖਸ਼ੇ ਹੋਏ ਨਾਮ ਨਾਲ ਜੁੜੇ ਹੋਏ ਗੁਰਮੁਖ ਪਿਆਰੇ, ਆਪ ਜੀ ਪਾਓ ਨਜ਼ਰ ਦ੍ਰਿਸ਼ਟੀ ਕਰੋ, ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਫਿਰ ਕਿਰਪਾਲਤਾ ਕਰੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਜ਼ਾਦੀ ਮਨੁੱਖ ਦਾ ਮੂਲ ਹੱਕ ਹੈ। ਹਰ ਇੱਕ ਵਿਅਕਤੀ ਆਜ਼ਾਦ ਹੋ ਕੇ ਜਿਉਣਾ ਚਾਹੁੰਦਾ ਹੈ।
ਬੰਧਨਾਂ ਵਿੱਚ ਕੋਈ ਵੀ ਨਹੀਂ ਪੈਣਾ ਚਾਹੁੰਦਾ, ਕੈਦ ਵਿੱਚ ਕੋਈ ਵੀ ਨਹੀਂ ਰਹਿਣਾ ਚਾਹੁੰਦਾ। ਇੱਕ ਸਰੀਰ ਦੀ ਕੈਦ ਹੈ, ਇੱਕ ਮਨ ਦੀ ਕੈਦ ਹੈ, ਇੱਕ ਮਨ ਦੇ ਬੰਧਨ ਨੇ ਜਿਨ੍ਹਾਂ ਦੇ ਵਿੱਚ ਸਾਡੀ ਸੁਰਤ ਜਕੜੀ ਹੋਈ ਹੈ, ਫੜੀ ਹੋਈ ਹੈ। ਉਸ ਨੂੰ ਸਤਿਗੁਰਾਂ ਨੇ ਮੋਹ ਦਾ ਚਿੱਕੜ ਕਿਹਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ ਕਿ ਜਿਸ ਹਿਰਦੇ ਵਿੱਚ ਬਾਣੀ ਚਲੀ ਜਾਏ ਉਹਦੇ ਵਿੱਚੋਂ ਸਾਰੇ ਬੰਧਨ ਟੁੱਟ ਜਾਂਦੇ ਨੇ, ਉਹਦਾ ਜੀਵਨ ਆਜ਼ਾਦ ਹੋ ਜਾਂਦਾ ਹੈ। ਜਿਸ ਹਿਰਦੇ ਵਿੱਚ ਬਾਣੀ ਦਾ ਨਿਵਾਸ ਹੋ ਜਾਏ, ਜਿਸ ਹਿਰਦੇ ਵਿੱਚ ਗੁਰੂ ਕਾ ਸ਼ਬਦ ਵਸ ਜਾਏ, ਇਹ ਠੀਕ ਹੈ ਕਿ ਸ਼ਬਦ ਦੇ ਨਾਲ ਹੋ ਕੇ ਤੁਰਾਂਗੇ ਤਾਂ ਹੀ ਸ਼ਬਦ ਬੰਧਨ ਕੱਟੇਗਾ। ਗੁਰਬਾਣੀ ਸਾਡੇ ਹਿਰਦੇ ਵਿੱਚ ਜਾਏਗੀ, ਸਾਡੇ ਜੀਵਨ ਵਿੱਚ ਵਸੇਗੀ, ਸਾਡੇ ਅਸੀਂ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਤੋਰਨ ਦਾ ਕੁਝ ਯਤਨ ਕਰਾਂਗੇ, ਬਾਕੀ ਕੰਮ ਗੁਰਬਾਣੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪ ਕਰਨਗੇ। ਹਜ਼ੂਰ ਨੇ, ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਨੇ, ਹਰ ਇੱਕ ਮਨੁੱਖ ਬੇਚੈਨ ਹੈ ਕਿਸੇ ਨਾ ਕਿਸੇ ਕਾਰਨ, ਸਤਿਗੁਰਾਂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਜਿਸ ਦੇ ਹਿਰਦੇ ਵਿੱਚ ਬਾਣੀ ਦਾ ਨਿਵਾਸ ਹੋ ਜਾਏ ਉਸ ਮਨੁੱਖ ਦੇ ਜੀਵਨ ਵਿੱਚੋਂ ਬੰਧਨਾਂ ਦਾ ਡੇਰਾ ਖਤਮ ਹੋ ਜਾਂਦਾ ਹੈ, ਚੁੱਕਿਆ ਜਾਂਦਾ ਹੈ, ਦੂਰ ਚਲਾ ਜਾਂਦਾ ਹੈ। ਮਨ ਵਿੱਚ ਭਾਵੇਂ ਕਿੰਨੇ ਵੀ ਦੁੱਖ ਨੇ, ਮਨ ਦੇ ਵਿੱਚ ਭਾਵੇਂ ਕਿੰਨੀਆਂ ਵੀ ਸਮੱਸਿਆਵਾਂ ਨੇ, ਜੀਵਨ ਦੇ ਵਿੱਚ ਭਾਵੇਂ ਕਿੰਨੀਆਂ ਵੀ ਰੁਕਾਵਟਾਂ ਨੇ, ਉਸ ਥਾਂ 'ਤੇ ਜਿੱਥੇ ਦੁੱਖ ਦਾ ਡੇਰਾ ਹੈ, ਸਾਡੇ ਜੀਵਨ ਵਿੱਚ ਦੁੱਖ ਡੇਰਾ ਲਾ ਕੇ ਬੈਠਾ ਹੋਇਆ, ਪੱਕੀ ਤੌਰ 'ਤੇ ਕਬਜ਼ਾ ਕਰਕੇ ਬੈਠਾ ਹੈ, ਜਿਹੜਾ ਛੱਡਦਾ ਨਹੀਂ ਹੈ, ਦੁੱਖ ਨੇ ਆਪਣੇ ਪੈਰ ਜਮਾਏ ਹੋਏ ਨੇ। ਇਹਦੇ ਬਹੁਤ ਲੰਬੇ ਚੌੜੇ ਕਾਰਨ ਗੁਰਬਾਣੀ ਵਿੱਚ ਦੱਸੇ ਗਏ ਨੇ, ਪਰ ਅੱਜ ਦਾ ਵਿਸ਼ਾ ਸਿਰਫ ਇਹ ਹੈ ਕਿ ਗੁਰਬਾਣੀ ਇੰਨੀ ਸ਼ਕਤੀਸ਼ਾਲੀ ਹੈ, ਜਿਸ ਮਨੁੱਖ ਦੇ ਹਿਰਦੇ ਵਿੱਚ ਚਲੀ ਗਈ ਉਹਦੇ ਮਨ ਦੇ ਵਿੱਚੋਂ, ਉਹਦੇ ਤਨ ਦੇ ਵਿੱਚੋਂ ਸਾਰੀ ਤਰ੍ਹਾਂ ਦੇ ਬੰਧਨ ਗੁਰਬਾਣੀ ਨੇ ਕੱਟ ਦਿੱਤੇ। ਹਜ਼ੂਰ ਨੇ ਬਚਨ ਕਹੇ, ਕਹਿਣ ਲੱਗੇ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਦੁੱਖ ਅਤੇ ਰੋਗ ਔਰ ਵਿਕਾਰਾਂ ਦਾ ਜਿਹੜਾ ਡੇਰਾ ਸੀ ਮਨ ਵਿੱਚ, ਉਹ ਗੁਰਬਾਣੀ ਨੇ ਤੋੜ ਦਿੱਤਾ, ਗੁਰਬਾਣੀ ਨੇ ਭੰਨ ਦਿੱਤਾ। ਬੰਨੇ ਦਾ ਅਰਥ ਹੈ ਰੋਕ ਲਾ ਦੇਣੀ, ਜਿਵੇਂ ਕੋਈ ਲਾ ਇਲਾਜ ਰੋਗ ਜੀਵਨ ਨੂੰ ਲੱਗ ਜਾਏ, ਜਿਹਦਾ ਕੋਈ ਇਲਾਜ ਨਾ ਹੋਵੇ, ਜਿਹਦੀ ਕਿਤਿਓਂ ਦਵਾਈ ਨਾ ਮਿਲੇ, ਜਿਹਦਾ ਕੋਈ ਵੀ ਸਹਾਰਾ ਨਾ ਬਣੇ, ਉੱਥੇ ਸਤਿਗੁਰੂ ਕਹਿੰਦੇ ਨੇ ਗੁਰਬਾਣੀ ਨੇ ਸਹਾਰਾ ਦਿੱਤਾ ਅਤੇ ਜੀਵਨ ਦੇ ਵਿੱਚੋਂ ਦੁੱਖ ਅਤੇ ਰੋਗ ਦਾ ਡੇਰਾ ਚਲਾ ਗਿਆ। ਪਰ ਵਿੱਚ ਜਾ ਕੇ ਇੱਕ ਸ਼ਬਦ ਆਏਗਾ, ਇਹ ਕਿਵੇਂ ਹੋਇਆ? ਉਹ ਪੰਕਤੀ ਕਹਿੰਦੀ ਕਿ ਧੁਰ ਕੀ ਬਾਣੀ ਆਈ, ਜਦੋਂ ਕਿਸੇ ਦੇ ਜੀਵਨ ਵਿੱਚ ਧੁਰ ਕੀ ਬਾਣੀ ਆ ਗਈ, ਉਹਦੇ ਜੀਵਨ ਵਿੱਚ ਵਸ ਗਈ। ਇਹ ਸਾਰੀਆਂ ਗੱਲਾਂ ਉਸ ਪੰਕਤੀ ਦੇ ਨਾਲ ਸੰਬੰਧਿਤ ਨੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅਗਲਾ ਸ਼ਬਦ ਹੈ, ਅਗਲੇ ਅੱਖਰ ਨੇ, ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ। ਜਿਸ ਦੇ ਮਨ ਵਿੱਚ ਬਾਣੀ ਦਾ ਨਿਵਾਸ ਹੋ ਗਿਆ ਉਹ ਅਨੰਦ ਕਰੈ ਨਰ, ਨਰ ਦਾ ਅਰਥ ਹੈ ਮਨੁੱਖ, ਨਾਰੀ ਦਾ ਅਰਥ ਹੈ ਇਸਤਰੀ। ਉਸ ਮਨੁੱਖ ਦੀ ਆਤਮਾ ਪਤਨੀ ਰੂਪੀ ਆਤਮਾ, ਪਤੀ ਰੂਪੀ ਪਰਮਾਤਮਾ ਦੇ ਨਾਲ ਆਨੰਦ ਕਰਦੀ ਹੈ। ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਇਹਦੇ ਬਹੁ ਪੱਖੀ ਅਰਥ ਨੇ। ਇਹ ਵੀ ਅਰਥ ਕੀਤੇ ਗਏ ਉਹ ਨਰ ਅਤੇ ਨਾਰੀਆਂ ਜਿਨ੍ਹਾਂ ਦੇ ਮਨ ਵਿੱਚ ਬਾਣੀ ਵਸ ਜਾਂਦੀ ਹੈ, ਉਹ ਦਿਨ ਰਾਤ ਆਨੰਦ ਵਿੱਚ ਜਿਉਂਦੇ। ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਵਾ ਸਭ ਥਾਈ। ਸਰੀਰ ਸਾਰੇ ਵਿੱਚ ਸੁਖ ਵਰਤ ਗਿਆ, ਸਰੀਰ ਦਾ ਹਰ ਇੱਕ ਰੋਮ, ਹਰ ਇੱਕ ਇੰਦਰਾ, ਹਰ ਇੱਕ ਅੰਗ ਸੁਖ ਨਾਲ ਭਰਿਆ ਹੋਇਆ। ਸੰਤੋ ਸੁਖ ਹੋਵਾ ਸਭ ਥਾਈ, ਅਤੇ ਜਦੋਂ ਬਾਹਰ ਤੱਕਦਾ ਐਸਾ ਮਨੁੱਖ ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਵ ਰਹਿਆ ਸਭਨੀ ਜਾਈ, ਰਵ ਰਹਿਆ ਸਭਨੀ ਥਾਈ। ਸਾਰਿਆਂ ਥਾਵਾਂ 'ਤੇ ਇੱਕ ਅਕਾਲ ਪੁਰਖ ਦੇ ਦੀਦਾਰ ਹੁੰਦੇ ਨੇ, ਪਰ ਕਿਹਨਾਂ ਨੂੰ? ਅਗਲੀ ਪੰਕਤੀ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਇਹ ਜੀਵਨ ਦੀ ਸਭ ਤੋਂ ਵੱਡੀ ਸਮੱਸਿਆ ਹੈ ਚਿੰਤਾ, ਤੌਖਲਾ ਸੰਸਾ ਮਨ ਦਾ। ਸਤਿਗੁਰੂ ਤੇ ਬਾਣੀ ਵਿੱਚ ਕਹਿੰਦੇ ਨੇ, ਸਹਿ ਸਹਿ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ, ਮਨ ਚਿੰਤਾਵਾਂ ਨਾਲ ਘੇਰਿਆ ਹੋਇਆ, ਮਨ ਦੁਬਧਾ ਵਿੱਚ ਪਿਆ ਹੋਇਆ, ਡਰਦਾ ਪਿਆ, ਪਤਾ ਨਹੀਂ ਕੀ ਹੋ ਜਾਏਗਾ ਕੱਲ੍ਹ ਨੂੰ।
मेरे कोलों कुछ खुश ना जाए, मैं कितने गरीब ना हो जावां। हर एक मनुख डर रहा है, हर एक मनुख चिंता तुर है। हजूर ने कृपा की, कहन लगे जिदे मन विच बाणी शब्द का निवास हो गया, सारिया चिंतावां खंभ ला के उड गई। साडे जीवन विचों बाणी पढ़द्या होया भी चिंतावां नहीं गईयां, इहदा कोई कारण होवेगा, इह कोई उह ढंग तरीका वखरा होवेगा जिहदे करके नहीं हो रहा। बाणी हिरदे तक नहीं गई होवेगी, बाणी सवासा तक नहीं गई होवेगी। सच जाणू, मैं कल भी जिहड़ी बेनती कीती कि जुबान ते केवल साधन है धर्म नूं हिरदे तक लिजाउण दा, साधन कदी लगातार कम नहीं देंदे। बाणी दे विच साहिब ने कहा, कहन लगे एक शब्द मेरा प्राण बसत है। प्राण दा मतलब जिंद दे विच, शब्द प्राण विच वसना चाहीदा है। प्राण दे अर्थ श्वास कीते ने, श्वास तो भी डूंगा है प्राण जिहड़ा है। प्राण शब्द जिहड़ा श्वासां दी आत्मा है, श्वास ते ऑक्सीजन है, हवा है। ऑक्सीजन दे नाल श्वास चलदे ने, ऑक्सीजन जीवन नहीं है मनुख दा। जदों मौत हो जाती है ऑक्सीजन तो फिर भी उहदे नक नूं लगी हुंदी, जे ऑक्सीजन विच जीवन हुंदा तो मनुख मरदे क्यों? फिर ऑक्सीजन की कोई कमी नहीं है इस धरती ते, पर ऑक्सीजन जीवन नहीं है। ऑक्सीजन की जिहड़ी आत्मा है, जिहड़ी उहदे अंदर चीज पाई है रब ने, जीव पाया है, यह ठीक है। सारी आत्मा श्वासां दे अंदर ही है। आपां कह दिंदे ना, कोई कह दिंदा आत्मा निकल गई इहदे विचों, कोई कहिंदा इहदे श्वास निकल गए ने, गल इको ही है। इसलिए कई बार आपां कहिंदे आत्मा कित्थे रहिंदी है, श्वासां विच ही रहिंदी है, होर कित्थे है। एक शब्द मेरा प्राण बसत है, बौड़ जन्म ना आवां, पर तां मन बेदिया दयाल से ती माई, कौन जार जाने पीर पराई, हम ना ही चिंत पराई। जिस दे हिरदे विच बाणी आण के वस गई, हजूर कहिंदे ने तुरकी बाणी आई, तिन सगली चिंत मिटाई, दयाल पुरख मेहरवाना, हर नानक साच बखाना। मैं कुछ शब्द होर गुरबाणी दे आप जी नाल सांझे करन दा यतन करां, जिन्हां दे विच बाणी दी महानता दा वर्णन कीता गया है। ये बंधना नूं कटन वाली है। अज दा विशा लड़ीवार भी आपां नाल रखना है। मोह विच फसे होए मनुख नूं बाणी बंधना तो पार लिजा सकती, तुर की बाणी है बंधन कट के इस जीवन नूं पार लैके जा सकती है। तकरीबन अठ तरह की लाचारगी गुरु अर्जन देव जी ने एक शब्द विच गिणी है। एक शब्द के अंदर अठ तरह के बंधन गिने ने, अठ तरह की मुसीबत गिनी है, अठ तरह दियां रुकावटां गिणियां ने। पहली रुकावट है मनुख दे विच गुण कोई ना होवे, कोई भी उन्हें शुभ कर्म ना कीता होवे, कोई गुण नहीं, एक भी गुण नहीं है। इहदे तों अगे है जीवन विकारां नाल भरिया होवे, विकारां दी बहुतात, हड़ आया होया मन विच विकारां दा, काबू तों बाहर है। तीसरा अवगुण रुकावट है, दिन रात बंदा अपवाद करता है, निंदिया करता है, आदत पै गई है बोलण दी, यह भी तीसरी रुकावट है। इहदे तों अगे कई जन्मां तों जीवन विकारां विच फसिया होया है, यह चौथा बंधन है। पंजवां कई बारी नरक विच हो के आया, फिर जाण दी संभावना बनी हुई है। सारियां कुलां डुबी जांदियां ने। ते जिहड़ी पंजवीं रुकावट है, कोई इस धरती ते जाणदा कोई नहीं, इस तरह प्रशादे छक के समा लंघी जांदा, कोई नहीं जाणदा। ते जे किसे नूं ओह मनुख कहिंदा है, कोई गल कहिंदा है, कोई सवाल करदा है, ते उहदी मनदा भी कोई नहीं, कोई पुछदा नहीं दुनिया विच। इह सारे अठ अवगुण, अठ रुकावटां, अठ तरह के बंधन ने साडे जीवन विच। ते हजूर ने इस शब्द विच कृपा की, कहन लगे एक गुरु के बचन जे किसे मनुख दे हिरदे विच चले जान, इन्हां अठ अवगुणा दे नाल, अठ बंधना दे नाल परे भरिया होया मनुख पलां दे विच खलास हो जाता है। उहदा जीवन इन्ना उच्चा चला जाता है कि इन्ने अवगुण हुंदिया होया भी मनुख उन्हां दी निवृत्ति करके उस दुनिया विच चला जाता है, जिस थां ते दुखां दा डेरा टुट जाता है। ये भी शब्द गुरु अर्जन देव जी का है। साहब कहिंदे ने
सतगुरु बचन तुम्हारे। हुण गुरु दे बचन की ने? गुरु दे बचन गुरबाणी है। सतगुरु बचन बचन है सतगुर। जिहड़े विचार आपां कल शुरू विच कीती सी कि बीज ते रुख विच कोई फर्क नहीं, शब्द ते गुरु विच कोई फर्क नहीं, कोई चीज नहीं, इसे तरह सतगुरां ने कहा सतगुर बचन बचन है सतगुर, कोई फर्क नहीं दोवां विच। सतगुर बचन तुम्हारे, गुर का बचन बसै जी नाले। सतगुर बचन तुम्हारे की कीता उन्होंने, पहला कम की कीता गुरु ने जदों बचन बोले, बाणी बोली। तो गुरु रामदास जी ने तो इथों तक गुरु के बचना बारे शब्द कहे ने, कह लगे जदों मेरे सतगुरु के मुखार बिंद तो बचन निकलते ने उदों मेरा सारे का सारा शरीर रस नाल भरिया जाता है, आनंद नाल भरिया जाता है। सिख ते गुरु की प्यार की शुरुआत ही इतों होंदी है। गुरु बोले तो सिख के अंदर असर ही कोई ना हो, मतलब सिख का संपर्क नहीं बनया गुरु नाल। गुरु रामदास जी ने बचन कहे तुमरे गुण क्या कहा मेरे सतगुरा, जब गुर बोले तब विषम हो जाए। विषम का अर्थ है विषमाद विच आ जाना, रस विच भरे जाना। सिख होवे गुरु ग्रंथ साहिब जी का, गुरु गोबिंद सिंह महाराज जी का, तो उहदे सामने गुरु की गल की जाए तो फिर उहदे शरीर दे विच कोई हरकत ना होवे, इहदा मतलब अंदर प्यार कोई नहीं है। होवे सप तो उहदे सामने बीण वजाई जाए, वह मूँह ना खड़ा करे, मुरदा है बिल्कुल, उहदे अंदर ही कुछ नहीं है। उहदी निशानी यह है नचेगा बीण दे उत्ते। सिख होवे गुरु ग्रंथ साहिब जी का तो बाणी उहदे उत्ते असर ना करे, प्यार ना पैदा होवे मन विच। सतगुरां ने कहा जदों मेरे गुरु बचन बोलते ने उदों मेरा शरीर रस दे नाल भरिया जांदा है। तुमरे गुण क्या कहा मेरे सतगुरा, जब गुरु बोले तब विषम हो जाए। हम जैसे अपराधी अवर कोई राख है, जैसे हम राख लिए सतगुरु छड़ाए। एक गुरु की वड्याई ते गुरु दे बचन गुरबाणी की वड्याई है। मैं फिर उस शब्द वल आउण दा यतन करा। साहब कहिंदे ने सतगुर बचन तुम्हारे, की कीता गुरु के बचना ने, गुरबाणी ने केड़ी करामात कीती। कहन लगे निर्गुण निस्तारे। निर्गुण का मतलब होंदा जिदे पल्ले एक भी गुण ना होवे, ना कोल धीरज होवे, ना कोई परउपकार कीता होवे, ना कोई सेवा, ना कोई दान, ना पुन, ना अमृत वेला, ना बाणी का पाठ, ना कदी कन्ना विच नाम पैण दिता होवे, किते उस व्यक्ति दे कन्ना दे राही हिरदे तक एक भी शब्द बाणी दा चला जाए ते मेरे सतगुरु कहिंदे ने उहदे जीवन दा उधार हो जाएगा। सतगुरु बचन तुम्हारे निर्गुण निस्तारे। महाविखादी, विखादी दा अर्थ है विखाद दा अर्थ हुंदा है विकार, ते महाविखादी वड्डा विकारी जिहड़ा जिथों लंघदा चौवां पासे विकार खिलरदे जांदे ने। मन विच विकार नहीं कल्ले, शरीर ते विकार प्रगट हो रहे ने, जिन्हों वेख के विकार ही चेते पैंदे ने। महाविखादी दुष्ट अपवादी, अपवादी का मतलब हुंदा है निंदिया करन वाला। बड़ा वड्डा दुष्ट होवे मनुख दिन रात निंदिया करता रहे। इत्थे सतगुरां ने उम्मीद जाहिर की भी निंदक का उधार गुरु नानक दे घर विच हो जाएगा। कई थावां ते बड़ी सख्ती की हजूर ने, कि रविदास जी कहिंदे ने सतगुरां ने भी बाणी विच कहा दारू सभे कीतियन औखद सभे कीतियन, निंदक का दारू ना है, निंदक की दवाई कोई नहीं। पर जिहड़ी सुखमणी साहिब दे विच अष्टपदी आउंदी ने निंदक दी, उहदे विच पहलियां जिहड़ियां तुकां ने, जिवें एक पद है उहदे विच पहलियां पंज जिहड़ियां लाइना ने पंक्तियां ने, उन्हां विच ते कहा गया निंदक का कोई हाल नहीं, मर जाएगा, इहदी कोई दवाई नहीं। पर जिहड़ियां अखीरलियां अठ पदियां दियां अठ पंक्तियां ने ना, उन्हां दे विच उन्हों भी गले नाल ला लिया गया भी कोई गल नहीं, चल तेरा भी कुछ ना कुछ करांगे। नानक संत भावै तां उसका भी होए मोख। ठीक है जिहदे तों निंदिया कीती है जे उहनूं तों कुछ कर लैं। इत्थे सतगुरां ने कहा दुष्ट अपवादी, निंदिया करन वाला भी बाणी नाल बख्शिया जांदा है, बाणी इन्नी बख्शिंद है। महाविखादी दुष्ट अपवादी ते पुनीत संगारे जन्म पवनते। कई जन्मां दे विच जिहड़ा मनुख भौंके आया
ਨਰਕ ਪੜਨ ਤੇ ਕਈ ਵਾਰੀ ਨਰਕ ਵਿੱਚ ਪੈ ਕੇ ਆਇਆ ਤੇ ਪਿਆ ਹੋਇਆ ਹੈ। ਜਨਮ ਭਵਨ ਤੇ ਨਰਕ ਪੜਨ ਤੇ ਉਹ ਇਕੱਲਾ ਨਹੀਂ, ਕਹਿਣ ਲੱਗੇ ਜਿਹੜਾ ਗੁਰੂ ਕੇ ਬਚਨਾਂ ਦੇ ਉੱਤੇ ਅਮੰਨਾ ਕਰਕੇ ਗੁਰੂ ਕੇ ਬਚਨਾਂ ਨੂੰ ਜੀਵਨ ਵਿੱਚ ਧਾਰਨ ਕਰਕੇ ਕਮਾਉਣ ਲੱਗ ਪਏ ਉਹ ਇਕੱਲਾ ਨਹੀਂ ਤਰੇਗਾ, ਤਿੰਨ ਕੇ ਕੁੱਲ ਉਧਾਰੇ, ਉਹਨਾਂ ਦੇ ਕਈ ਕੁਲਾਂ ਦਾ ਉਧਾਰ ਹੋ ਜਾਏਗਾ। ਫਿਰ ਅਗਲੀ ਗੱਲ ਕਹੀ, ਕੋਈ ਨਾ ਜਾਣੈ ਜਿਹਨੂੰ ਕੋਈ ਨਹੀਂ ਜਾਣਦਾ, ਕੋਈ ਨਾ ਜਾਣੈ ਕੋਈ ਨਾ ਮੰਨੈ, ਉਹ ਕਹਿੰਦਾ ਤੇ ਉਹਦੀ ਗੱਲ ਕੋਈ ਨਹੀਂ ਮੰਨਦਾ, ਤੇ ਪ੍ਰਗਟ ਹਰ ਦੁਆਰੇ ਉਹਨਾਂ ਦਾ ਹੁਕਮ ਸਾਰੀ ਸ੍ਰਿਸ਼ਟੀ ਤੇ ਚੱਲਣ ਲੱਗ ਪੈਂਦਾ ਹੈ, ਜਿਨ੍ਹਾਂ ਮਨੁੱਖਾਂ ਨੇ ਆਪਣੇ ਹਿਰਦੇ ਵਿੱਚ ਗੁਰੂ ਕੇ ਬਚਨ ਨੂੰ ਧਾਰਨ ਕੀਤਾ। ਕੋਈ ਨਾ ਜਾਣੈ ਕੋਈ ਨਾ ਮੰਨੈ, ਤੇ ਪ੍ਰਗਟ ਹਰ ਦੁਆਰੇ ਕਵਣ ਉਪਮਾ ਦਿਓ ਕਵਣ ਵਡਾਈ, ਹੇ ਮੇਰੇ ਸਤਿਗੁਰੂ ਤੇਰੇ ਬਚਨਾਂ ਨੂੰ ਕਿੰਨੀ ਕੁ ਵਡਿਆਈ ਤੇ ਉਪਮਾ ਦਿਆਂ, ਤੇਰੀ ਬਾਣੀ ਨੂੰ ਕਿੰਨੀ ਕੁ ਵਡਿਆਈ ਦਿਆਂ, ਕਵਨ ਉਪਮਾ ਦਿਓ ਕਵਨ ਵਡਾਈ। ਬਸ ਇੱਕ ਕੰਮ ਹੋ ਸਕਦਾ ਹੈ ਨਾਨਕ, ਖਿਨ ਖਿਨ ਵਾਰੇ ਇੱਕ ਇੱਕ ਪਲ ਮੈਂ ਤੇਰੀ ਬਾਣੀ ਤੋਂ ਬਲਹਾਰ ਜਾ ਰਿਹਾ। ਇਹ ਬਾਣੀ ਉਧਾਰ ਕਰਤਾ ਜੀਵਨ ਦੀ। ਸੋ ਜਿਹੜੇ ਤਿੰਨ ਚਾਰ ਵਿਸ਼ੇ ਮੈਂ ਆਪ ਜੀ ਨਾਲ ਸਾਂਝੇ ਕੀਤੇ ਸਨ, ਉਹਨਾਂ ਨੂੰ ਆਪਾਂ ਕੋਖਣ ਦਾ ਯਤਨ ਕਰੀਏ। ਕੱਲ ਜਿਹੜੇ ਦੋ ਵਿਸ਼ੇ ਬਚੇ ਸਨ, ਗੁਰਬਾਣੀ ਦੀ ਖੋਜ, ਜੀਵਨ ਦੀ ਖੋਜ ਗੁਰਬਾਣੀ ਦੁਆਰਾ। ਗੁਰਬਾਣੀ ਖੁਦ ਵੀ ਰਤਨਾਂ ਦੀ ਭਰੀ ਹੋਈ ਹੈ। ਹਜ਼ੂਰ ਨੇ ਬਚਨ ਕੀਤੇ, ਰਤਨਾ ਰਤਨ ਪਦਾਰਥੋਂ ਬਹੁ ਸਾਗਰ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਬਾਣੀ ਦੇ ਨਾਲ ਜਿਹੜੇ ਲੱਗ ਗਏ, ਯਾਨੀ ਕਿ 300 ਸਾਲ ਗੁਰੂ ਦੇ ਨਾਲ ਨਾਲ ਲੱਗਣਾ। ਯਾਦ ਰੱਖੀਏ, ਪੜ੍ਹਨਾ ਹੋਰ ਚੀਜ਼ ਹੈ, ਨਾਲ ਲੱਗਣਾ ਹੋਰ ਚੀਜ਼ ਹੈ, ਵੇਖਣਾ ਹੋਰ ਚੀਜ਼ ਹੈ, ਸੁਣਨਾ ਵੀ ਹੋਰ ਚੀਜ਼ ਹੈ, ਮੱਥਾ ਟੇਕਣਾ ਵੀ ਇੱਕ ਵੱਖਰੀ ਅਵਸਥਾ ਹੈ, ਪਰਕਰਮਾ ਕਰਨਾ ਵੀ ਹੋਰ ਹੈ, ਤੇ ਗੁਰੂ ਦੇ ਨਾਲ ਪਰਸ ਲੈਣਾ ਇੱਕ ਵੱਖਰੀ ਅਵਸਥਾ ਹੈ। ਆਪਾਂ ਇਹ ਮੰਗਲਾ ਚਰਨ ਵਿੱਚ ਹਰ ਰੋਜ਼ ਪੜ੍ਹਦੇ ਹਾਂ ਨਾ। ਸੋ ਕਹੋ ਟਲ ਗੁਰ ਸੇਵੀਐ, ਐਨ ਇਸ ਸਹਿ ਸੁਭਾਏ, ਦਰਸ਼ਨ ਪਰਸ ਹੈ ਗੁਰੂ ਕੇ। ਦਰਸ਼ਨ ਪਰਸ ਨੇ ਹੋਰ ਚੀਜ਼, ਇਹ ਕਰਨੇ ਹੋਰ ਚੀਜ਼। ਜਿਹੜਾ ਲੱਗ ਗਿਆ ਗੁਰੂ ਦੇ ਨਾਲ, ਇਸ ਕਰਕੇ ਇਹ ਬਾਣੀ ਦੁਆਰਾ ਬਾਣੀ ਦੀ ਖੋਜ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਹੁਣ ਅਗਲੀ ਤੁਕ ਦੇ ਵਿੱਚ ਕਿਹਾ ਗਿਆ ਹੈ ਕਿ ਗੁਰਬਾਣੀ ਦੁਆਰਾ ਸਰੀਰ ਦੀ ਖੋਜ ਹੋ ਸਕਦੀ ਹੈ। ਜਿਹੜਾ ਮੈਂ ਵਿਸ਼ਾ ਆਪ ਜੀ ਨਾਲ 5-7 ਮਿੰਟਾਂ ਵਿੱਚ ਸਾਂਝਾ ਕਰਨਾ ਚਾਹੁੰਦਾ, ਅਖੀਰਲੀ ਤੁਕ ਹੈ ਸ਼ਬਦ ਦੀ ਕਿ ਸਮੁੰਦ ਵਿਰੋਲ ਸਰੀਰ ਹਮ ਦੇਖਿਆ। ਸਰੀਰ ਦੀ ਰਿਸਰਚ ਖੋਜ ਗੁਰੂ ਕੇ ਸ਼ਬਦ ਦੁਆਰਾ ਕਰਨੀ ਹੈ। ਕਿਵੇਂ ਕਰਨੀ ਹੈ? ਜਪਣਾ ਹੈ, ਜਪਣਾ ਹੈ, ਪ੍ਰੇਮ ਕਰਨਾ ਹੈ ਸ਼ਬਦ ਦੇ ਨਾਲ, ਧਿਆਨ ਲਾਉਣਾ ਹੈ, ਬਾਕੀ ਕੰਮ ਸ਼ਬਦ ਨੇ ਆਪੇ ਕਰ ਦੇਣਾ ਹੈ। ਸਾਰੀ ਖੋਜ, ਜਿੱਥੇ ਜਿੱਥੇ ਬਿਮਾਰੀ ਹੋਈ ਉਹਨੇ ਬਾਹਰ ਕੱਢ ਦੇਣੀ, ਉੱਥੇ ਉੱਥੇ ਦਰਦ ਹੋਏਗੀ। ਆਪਾਂ ਕਹਿੰਦੇ ਹਾਂ ਨਾ, ਬਾਣੀ ਪੜ੍ਹਦੇ ਹਾਂ ਉਹ ਵੀ ਖਿਆਲ ਆਉਂਦੇ ਨੇ ਜਿਹੜੇ ਕਦੀ ਨਹੀਂ ਸਨ ਆਏ। ਬਾਣੀ ਬਾਹਰ ਉਹ ਤੇ ਘੰਟੀ ਵਜਾ ਰਹੀ ਹੈ ਅੰਦਰ ਜਾ ਕੇ ਵੀ ਇੱਥੇ ਇੱਥੇ ਤੈਨੂੰ ਬਿਮਾਰੀ ਹੈ। ਆਪ ਜੀ ਨੇ ਵੇਖਿਆ ਨਾ, ਜਦੋਂ ਕਿਸੇ ਦਾ ਟੈਸਟ ਹੁੰਦਾ, ਸਾਰੇ ਸਰੀਰ ਦਾ ਵੀ ਇੱਕ ਟੈਸਟ ਹੈ, ਜਦੋਂ ਉਹਦੇ ਵਿੱਚ ਮਨੁੱਖ ਨੂੰ ਪਾਇਆ ਜਾਂਦਾ ਹੈ, ਉਹ ਸਾਰੇ ਸਰੀਰ ਦੀ ਰਿਸਰਚ ਕਰਦਾ ਹੈ, ਖੋਜ ਕਰਦਾ ਕਿੱਥੇ ਕਿੱਥੇ ਬਿਮਾਰੀ ਹੈ, ਮੁਸੀਬਤ ਕਿੱਥੇ ਹੈ ਸਰੀਰ ਦੇ ਵਿੱਚ, ਤੇ ਜਿੱਥੇ ਰੁਕਾਵਟ ਹੁੰਦੀ ਹੈ, ਜਿੱਥੇ ਇਫੈਕਟ ਹੁੰਦਾ ਹੈ, ਉਸ ਥਾਂ ਤੇ ਜਾ ਕੇ ਲਾਲ ਬੱਤੀ ਜਗ ਜਾਂਦੀ ਹੈ ਵੀ ਇੱਥੇ ਬਿਮਾਰੀ ਇਹਦੇ ਸਰੀਰ ਦੇ ਵਿੱਚ। ਜਦੋਂ ਗੁਰਬਾਣੀ ਪੜ੍ਹੀ ਜਾਂਦੀ ਹੈ ਤੇ ਗੁਰਬਾਣੀ ਪੜ੍ਹਦਿਆਂ ਜਿਹੜੇ ਜਿਹੜੇ ਖਿਆਲ ਉੱਡਦੇ ਨੇ ਨਾ ਅੰਦਰੋਂ, ਅਸੀਂ ਕਹਿੰਦੇ ਹਾਂ ਬਾਣੀ ਪੜ੍ਹਨ ਨਾਲ ਖਿਆਲ ਆ ਰਹੇ ਨੇ, ਖਿਆਲ ਨਹੀਂ ਆਉਂਦੇ, ਲਾਲ ਬੱਤੀ ਜਗ ਜਾਂਦੀ ਹੈ ਵੀ ਵੇਖ ਲੈ ਬਿਮਾਰੀ ਇੱਥੇ ਖੜੀ ਆ, ਜਿਹੜੇ ਵਿਚਾਰ ਆ ਰਹੇ ਨੇ ਤੇਰੇ ਵਿੱਚ ਬਿਮਾਰੀ ਦੇ ਰੂਪ ਵਿੱਚ। ਇਹ ਸਾਰੀ ਖੋਜ ਹੈ ਗੁਰਬਾਣੀ, ਪਰ ਖੋਜ ਕਿਵੇਂ ਕੀਤੀ ਜਾਏ? ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਪ੍ਰਭ ਹਰ ਮੰਦਰ ਸੋਹਣਾ ਤਿਸ ਮੈਂ ਮਾਨਕ ਲਾਲ, ਸਰੀਰ ਸਮੁੰਦ ਵਿਰੋਲ ਹਮ ਦੇਖਿਆ। ਸਰੀਰ ਨੂੰ ਖੋਜਿਆ, ਫਰੋਲਿਆ, ਵੇਖਿਆ ਇਹਦੇ ਵਿੱਚ ਕੀ ਹੈ, ਮਨ ਦੇ ਵਿੱਚ ਕੀ ਹੈ। ਇਹਦੇ ਵਿੱਚ ਬੜੇ ਲਾਲ ਤੇ ਰਤਨ ਤੇ ਹੀਰੇ ਸਨ, ਪਰ ਕਿਹਨਾਂ ਨੂੰ ਪਤਾ ਲੱਗਾ? ਜਿਨ੍ਹਾਂ ਨੇ ਗੁਰਬਾਣੀ ਨੂੰ ਹਿਰਦੇ ਵਿੱਚ ਵਸਾਇਆ,
साहब ने बचन किया अपने अंदर झाती मार के वेख बाहर ते कुछ भी नहीं तेरे बिल्कुल कोने दे नाल बहुत कुछ पिया हुआ है रतना दा भरिया होया तेरा जीवन कई चीजां दे नाल गड़ुंद होया पिया तेरा जीवन पर तू सौ के बाहर नू वेखी जाना मत विच रतन जवाहर माणक जे एक गुर की सिख सुनी तेरी मत विच हीरे ने नाम दे उदे प्यार दियां कणियां बजियां होईयां ने पर उन्हां दी खोज ते उन्हां दी प्राप्ति गुरु तो बिना गुरबाणी तो बिना नहीं हो सकती इसलिए साहब ने बचन किया कहन लगे प्रभ हरमंदर सोना ये शरीर हरमंदर है तिसमें माणक लाल ये माणक हीरे ते लाल जवाहरात नाम दे मोती भरे पए ने मोती हीरा निर्मला कंचन कोट रिसाल रसा दा भरिया होया तेरा जीवन मोती हीरा निर्मला कंचन कोट रिसाल एक किला बड़ा उच्चा है इनू दरवाजा कोई नहीं इनू पौड़ी चाहिए दे उते चढ़न वास्ते अगे साहब ने बचन कहे बिन पौड़ी गड़ क्यों चढ़ो इस शरीर रूपी हरमंदर दे उते पौड़ी तो बिना किवें चढ़िया जाए ते पौड़ी केड़ी है गुर पौड़ी बेड़ी गुरु गुरु दे राही गुरबाणी दे राही तू शरीर विच जा सकना शरीर की खोज कर सकना तेरे अंदर किथे किथे बीमारियां ने इस करके ठीक है गुरबाणी का कीर्तन बहुत महानता रखता गुरमत दे विच पर गुरबाणी की विचार तो बिना कदी भी जीवन की खोज नहीं हो सकती विचार तो बिना जीवन की खोज नहीं हो सकती जिन्ना मर्जी असी करी जाइए तीन हिस्सों में बाणी है मैं थोड़ा जा विच इहदे अर्ज करदे आ शब्द नूं आप जी ने याद रखना दो शब्द विचार अधीन ने कि समुंद विरोल शरीर हम देखिया प्रभ हरमंदर सोना गुरबाणी की विचार गुरबाणी की विचार पौड़ी है मन दे विच चढ़न वास्ते जिहदे अंदर हीरे ते लाल पए होए ने तीन तरह के नाल गुरसिखां ने बाणी नूं वरत्या है तीन तरीकों के नाल वह तीन तरीके किहड़े ने उन्हां दे विच एक तरीका है कीर्तन सरवण करना दूसरा तरीका है कथा सरवण करनी ते तीसरा तरीका है बाणी दा पाठ करना हुण इहनां विचों वेखणा भी सानू असी केड़ा केड़ा कर रहे इहनू विद्वानां ने इस तरह वंडिया वी कई वारी फसलां नू बड़े तेज बारिश दी लोड़ पैंदी है पर कदी कदी रोज नहीं ये ख्याल रखना कीर्तन जेड़ा तेज बारिश है जिवें कोई फसलां मिट्टी नाल भरिया गई ने उहदे पत्तियां ते मिट्टी चंबड़ गई है कीड़े लगे हुए ने ते उदों एक जिम्मेदार कहिंदा भी हुण किते वाछड़ दी बारिश पए ना तेज ते इहदे पत्ते धुप जाण ते फसल बच जाएगी पर जे किते रोज ही उह वाछड़ हुंदी रहे हर रोज फिर उह जिहड़ी है कई बारी नुकसान भी करदी कीर्तन बड़ी तेज बारिश है जीवन दे विच कीर्तन गुरबाणी दा एक रूप कलयुग में कीर्तन प्रधाना चाहिदा है एक दूजी चीज सतगुरां ने कही छोटी कणी दा मीह जिहड़ा जमीन दे विच धस जांदा है वह गुरबाणी दी कथा है गुरबाणी दी विचार है वह मन जिन्हां दे विच कीर्तन द्वारा बाणी नहीं जांदी कथा द्वारा विचार द्वारा वह बाणी मन विच धस जाती है चली जाती है यह दूसरी तरह का साधन है गुरबाणी का तीसरा तरीका है खुद बाणी का नितनेम करना ध्यान देना गुरबाणी के नितनेम नूं खूह नाल तुलना दिती गई जिवें एक जिमीदार ने अपनी जमीन के अंदर खूह लाया होया है जां ट्यूबवैल लाया होया है हुण इस गल नूं ख्याल रखिए मीह हर रोज नहीं पैंदे हर रोज केड़ी चीज कम आउंदी है जेड़ा जिमीदार दा अपना पानी वाला साधन है उहदे कोल ट्यूबवैल है नहर दा पानी है खूह दा पानी है जिहदा अपना साधन कोई नहीं ना गुरु के सवारे मियां दे सहारियां ते कोई फसल नहीं पकदी इह मत समझना भी आपां झोला चुक के तुरे फिरांगे सारी जिंदगी जीवन दा उधार हो जाएगा जिन्ना चिर निजी धर्म नहीं है मनुख दा एक है संगती धर्म वह भी बड़ा जरूरी है एक सख्शी धर्म है
जिन्ना चिर किसी जिमीदार की जमीन दे विच अपना ट्यूबल ही कोई नहीं, मीह जिन्नी मर्जी पैंदा रहे, मीह पिया कल नूं सुक गया, जिहड़े दाणे सन उह बीज के गवा ले, उग गए सुक गए, परत के पानी नहीं मिलिया। गुरबाणी आप पढ़नी, नितनेम करना, यह अपना साधन है, निजी साधन है, इहदे तों बिना कोई भी फसल पार नहीं लग सकती। इस करके गुरबाणी नाल दा नितनेम करन दी ताकीद कीती गुरु साहिब ने। इथों तक धन गुरु कलगीधर पातशाह सरसा दे किनारे ते खड़े ने, अमृत वेला हो गया ते हजूर ने भाई दया सिंह जी नूं कहा कीर्तन दा समा है, बाणी पढ़न दा समा है। भाई दया सिंह कहिंदे ने महाराज समा नीति मंग कर दीए, आपां इत्थे ना खड़े होईए, पिछे दुश्मन है, अगे सरसा चढ़ी हुई है। सतगुरां ने कहा दया सिंह कोई गल नहीं, आ दो चार भी पच्ची मिनटां दी गल है, जे मैं अज छड के तुर गया ते कल नूं सिखां ने रजाइयां विच भी नितनेम नहीं करना, इसलिए मैं इत्थे करना चाहुंदा हां। उन्हां नूं पता सी साडे सुभाअ दा वी साडी हर रोज़ कोई ना कोई लत बा डिंगी होई रहिंदी है, अज असीं आ हो गया तां नहीं करना। इस करके अंदर दे बहानियां नूं तोड़न वास्ते उस वेले अल्लाह यार खां योगी कहिंदा है, वह कहिंदा था सरपे वक्त आ गया आशा की वार का, अमृत वेला आया ते आशा दी वार दा समा हो गया। था सरपे वक्त आ गया आशा की वार का, साजों के जीरो बम का, उतार चढ़ाव का, जपजी का जाप उस घड़ी करना जरूर था। उस वेले जपजी साहब जरूर पढ़ना सी, लोड़ सी। ते इतिहास कहिंदा है दस पातशाहियां खुद जपजी साहब दा पाठ कर दियां रही। गुरु नानक साहब ने आप जपजी साहब उचारिया सी ना, आप ही पढ़दे रहे। भाई वीर सिंह जी ने जपजी साहब दा जिहड़ा टीका कीता है उस पोथी दे आरंभ विच इह गल लिखी है कि गुरु नानक साहब आप भी जपजी साहब पढ़िया करदे सन अमृत वेले। हुण बाणी ते उहनां दी, किसी ने पुछ लिया महाराज तुहाडी ही ते रचना है ते आप ही पढ़ी जांदे हो, कल पढ़ ली सी अज छड्ड दिओ, की गल है? ते सतगुरां ने कहा भोलिया बाणी मेरी नहीं है, यह बाणी अकाल पुरख की है, मैं ते सिर्फ अपना शरीर दिता इहदे राहीं प्रगट हो गई है। इसलिए जे गुरु नूं बाणी पढ़न की लोड़ है तो फिर सिख किवें कहेगा बाणी पढ़न का कोई फायदा नहीं है, कोई लाभ नहीं है। बड़े बड़े विज्ञान आ गए ना साडे विच, बड़े बड़े तर्क हो गए, इनू रिपीटिंग कहिंदे ने, भी ये तो दोहराई जा रही है, कल किया सी अज फिर कर रहे, इनू कह रहे सी कर्म कांड हो गया है। नहीं गुरु के सवारियो, जिहड़े हर रोज़ असी अंदर अपने कर्म कांड करने आ, रिपीटिंग कर रहे हैं विचारां दी ख्यालां दी, उन्हां बारे असी नहीं जानते किन्ने कु कर रहे। वार वार मन दे विच उठन वाले विचारां नू रोकण वास्ते वार वार बाणी पढ़नी पैंदी है। इस करके ये तरीका नितनेम दा जिहड़ा है, जपजी का जाप उस घड़ी करना जरूर था, पढ़ के गुरु ग्रंथ साहिब बढ़ाना दिल का सरूर था, उस थां ते बह के सतगुरां ने नेम निभाया। इस करके अपने साधन तो बिना नहीं है, अपना नितनेम जिन्ना चिर सिख नहीं करदा। ते जे आपां गुरु के चरणां नाल प्यार करने आ ना, 300 साल हजूर साहिब जा रहे हैं, होर भी समागम बड़े चाह दे नाल शरदा दे नाल हो रहे हैं, ते इन्हां दिनां तों एक लाभ उठाउणा चाहीदा कि हर सिख घट्टो घट एक अंग ते गुरु ग्रंथ साहिब जी का जरूर पढ़े, ज़्यादा नहीं 15 मिनट विच आराम नाल पढ़िया जाता है। जे एक अंग भी कोई पढ़ेगा 15 मिनट भी लाएगा तो 4.5 सालां विच एक सहज पाठ आराम नाल कर लेगा, 4.5 सालां विच, 4 सालां विच, वह भी सिर्फ 15 मिनट ने, कोई लंबा चौड़ा समा नहीं है। इस गल नूं याद रखिए, ये सारियां चीज़ां चंगियां ने, फुल वरसाने बड़ा कुछ असी करने हैं, पर गुरु के सवारे उस समय की हवा सारा कुछ सुका दें दी, हरा वो ही रहना जिहड़ा साडे हिरदे विच वसिया होया। यह तो रंग टंग ने, 4 दिन आए तो चले गए, चंगी गल है, इन्हां नाल उत्साह बनता है, इन्हां दे नाल जिहड़ा आम मनुख प्रभावित हो के धर्म नाल जुड़दा है। पर इस गल नूं याद रखिए, जिन्ना चिर फुल जमीन विच ना गड़िया होवे, बाजार विचों खरीदे हुए हार किन्ना कुचर हरे, किन्ना कुचर खिड़े रहणगे,
आखिर समय ने उन्हां नूं सुका देना है। धर्म बाजार की वस्तु नहीं है, धर्म जीवन की वस्तु है। इस करके तीन तरीके बाणी का कीर्तन बड़ा जरूरी है, बाणी की कथा विचारधारा बड़ी जरूरी है, पर अपना नितनेम उस तो भी जरूरी। मैं उन्हां शब्दों वल फिर आने का यतन करा कि समुंद विरोल शरीर हम देखिया, गुरबाणी द्वारा जीवन की खोज ते गुरबाणी द्वारा शरीर जिहड़ा हरिमंदर है, किला है, इहदे उत्ते चढ़न वास्ते गुरु रूपी पौड़ी की लोड़ है। गुर पौड़ी बेड़ी गुरु गुर तुलहा हर नाउ, गुरु नू पौड़ी बना ता कि जीवन ते चढ़ के अपने जीवन दे अमोलक लाला नू तू जीवन विच प्राप्त कर सके। ये गुरबाणी द्वारा जीवन की खोज है। वैसे कल दे विषय विच जिहड़ी मैं बेनती कीती सी कि गुरु ग्रंथ साहिब जी की बाणी की तरतीब ही इस तरह है जिहड़ी जीवन नू हनेरे तो चानन तक लै जांदी है। जपजी साहब तो गल शुरू होंदी है ते उहदे नाल निशान शब्द आया कि जपजी साहब दे विच निशानी लग जांदी सफर करन वास्ते, राह दे विच तुरन वास्ते निशानी मिल जांदी जपजी साहब दे विच। अगे रह रास साहब जी की बाणी आउंदी है ते रह रास का अर्थ है रहे रास, रस्ते की पूंजी, रस्ते का खर्च जिहदे नाल सफर तय करना है। इहदे तों अगे राग शुरू हुंदे ने, श्री राग तो लै के जैजावंती तक 31 राग ने। इहदे विच एक प्रभाती राग आउंदा 30 नंबर ते श्री राग जिहड़ा है उहदे बारे कहा जांदा भी इहदा वक्त पढ़न दा अद्धी रात हुंदी है, जदों कुप हनेरा चौवां पासे कोई दिसदा नहीं। श्री राग अद्धी रात तो शुरू हुंदा है ते अखीर ते प्रभाती राग आउंदा है। सियाणियां ने दी वंड कीती तू गुरु ग्रंथ साहिब जी दे नाल जुड़ जा, जपजी साहिब तो तेनू निशानी मिल जाएगी, राहदारी मिल जाएगी, क्योंकि जप निशान है। अगे तुरेगा तेनू रस्ते दी पूंजी मिल जाएगी, राह दे विचों रह रास रूपी बाणी मिलेगी, खर्चा मिल जाएगा तेनू जीवन दा पंध मकाउण वास्ते। इहदे तों अगे तेरे जीवन दी जिहड़ी अद्धी रात पई होई है विकारां दा चौवां पासे घेरा है, चौवां पासे विकारां दा हनेरा है, श्री राग दे विच तेरे जीवन दी यात्रा शुरू हो जाएगी, विकारां दे विचों तू सफर करना शुरू कर देंगे। लंघदा होया गौड़ी माझ आशा वरी, होर कई राग रस्ते विच आउणगे, कई अवस्थावां आउणगियां, किते सोलट सो रस पीजिया कबू ना फीका होए। कई रागां दे विचों लंघदा होया एक दिन तू प्रभाती राग तक चला जाएगा। प्रभात दे अर्थ ने जिवें सवेर दियां पहलियां किरणां, चानण होना शुरू हो जाता है, पर जिहड़ा नाल नाल तुरेगा बाणी दे प्रभात तक चला जाएगा। तो प्रभात वेले जदों जीवन विच चानण आ गया, सूरज चढ़ गया, प्रकाश हो गया, उस वेले जैजावंती जिहड़ा राग है वह उदों गाया जाता है जदों कोई मनुख अपने देश नूं जित के नगारे वजाउंदा है। जैजावंती दा अर्थ जय जयकार करनी। गुरु तेग बहादुर साहब ने जैजावंती विच चार शब्द उच्चारण किए जिहदा भाव सी कि जिहड़े लोग जप निशान तो तुर के रह रास विचों राह की पूंजी लैके श्री राग की अद्धी रात तो विकारां की रात तो जीवन शुरू करके सफर नूं मुकाउंदियां प्रभात तक आ जाणगे, जीवन विच ज्ञान दा नाम दा सूरज चढ़ जाएगा, फिर वह मनुख जदों वापस मुड़ेगा रब दे घर वल जाएगा ते उहदे अगे जित दे निगारे वजणगे। पर जे आपां इस बाणी दे नाल तुरीए, बेनती कर रहा सां कि बाणी की तरतीब रागां दे अनुसार भी सतगुरां ने समझाउण दा यतन कीता है। साहिब ने कहा, कहन लगे समुंद विरोल शरीर हम देखिया, एक वस्त अनूप दिखाई, गुरु गोबिंद गोबिंद गुरु है, नानक भेद ना पाई। शब्द ते गुरु विच, गुरु ते परमात्मा विच कोई अंतर नहीं। मैं अगले रस्ते ते तुरन दा यतन करा कि गुरबाणी दे अंदर समाया जा सकता है। भाई गुरदास जी ने बचन कहे, कहन लगे मुर्दा होए मुरीद सोए, को विरला गुर गोर समावै। गुरबाणी दे विच समाउणा सौखा नहीं है।
सच जाणो गुरबाणी नू मत्था टेकना बड़ा सौखा है, पाठ करा लेना और गल है, कर लेना भी सौखा है। गुरबाणी दे विच जिहड़ी विचारधारा दिती गई है ना, उहदे नाल साडे मन दा जमीन असमान दा फर्क है, कोई मेल ही नहीं बनता। बहुत दूर दीआं गल्लां गुरबाणी दे विच समाया जा सकता है। गुरबाणी नू इकल्ला समझिया गल नहीं बननी, समझिया ते बड़िया ने है, किन्ने फिलासफर ने, किन्ने लिखारी ने, किन्ने विद्वान ने। मुर्दा होए मुरीद सोए को विरला गुर गोर समावे, गुरु का शब्द गोर है, गोर दा अर्थ हुंदा है कबर। ये उदाहरण दिती है केवल भाई गुरदास जी ने। गुरु का शब्द गुरबाणी कबर वर्गा है, ते सिख दी सुरत जे मुर्दा हो जाए, उहदे विच दफनाई जाए, ते उहदा जीवन सफल हो जांदा है। इहदे विच विद्वानां ने वंड कीती, कबर दे विच जिहड़े गुण हुंदे ने उह गुरबाणी विच गुण ने। जिहड़ा सुभाअ गोर दा है, जिहड़ा सुभाअ कबर दा है, उही गुरु के शब्द दा सुभाअ है। कबर की करदी है, गोर की करदी है? जदों मनुख मर जांदा है ना, उहदी मौत हो जांदी है, ते उस वक्त जिहड़े सब तो प्यारे ने ना, उह वी कहिंदे ने इहनूं जल्दी घरों बाहर कढो, इहदे विचों बदबू आएगी, क्योंकि शरीर नूं घरों बाहर कढ़िया जांदा है। उन्हों रखण वास्ते कोई तैयार नहीं है, उन्हों कोई थां देण वास्ते तैयार नहीं। ते कबर जिहदे कोलों कदी नहीं सी आया, वह कहिंदी आ जा हुण मैं तैनूं संभालना, हुण तेरा कोई थां नहीं रहा, वह थां दे दिंदी उन्हों। इस तरह जदों कोई मनुख संसार वालों मुरदा हो जाता है, संसार दे रसां वालों ध्यान देना, गोर दे विच कबर विच मुरदे दफनाए जा सकते ने, जिउंदे मनुख नहीं। गुरु के शब्द दे विच संसार वालों मर के आया जा सकता है। जे कहीए नचिए टपिए भी तो गुरु के दर ते रसाई भी हो जाए, दोवें इकट्ठे नहीं हो सकते। मुरदा ही गोर विच पैंदा, कदी जिउंदा मनुख वेख्या जिहड़ा कबर विच दफनाया जाए, कदी नहीं हो सकता। इसलिए गुरु के शब्द दे विच हां, कबर मनुख नू केवल मौत देंदी है, ते गुरु के शब्द रूपी कबर मनुख नू मौत दे के नवा जीवन दे देंदी है, उहदे विचों नवा जीवन मिलता है। इस करके कबर दा गुण है निथावे नू थां देनी जिहदा कोई थां नहीं सी। जिस मनुख दा मन निथावा है, ठोकरां खा रहा, दौड़ भज कर रहा है, जे किते गुरु रूपी कबर दे कोल आ जाए, ते गुरु का शब्द उन्हूं अपने विच थां दे देगा। दूसरा है, कबर उस शरीर की इज्जत ढक लैंदी है, उन्हूं अपने वर्गा कर लैंदी है, जिवें दी आप है, मिट्टी दी बनी है, कुछ दिनों दे विच उह शरीर नूं मिट्टी विच तब्दील कर देंदी। गुरु के शब्द गुरबाणी रूपी जिहड़ी कबर है, इन्हां शब्दां नूं तर्क विच ना लैणा, इह भाई गुरदास जी ने व्याख्या कीती है। गुरबाणी रूपी जिहड़ी कबर है, जिहड़ा मनुख अपने मन रूपी मुरदे नूं उहदे विच दफना देंदा है, कुछ समय तो बाद गुरबाणी उहनूं अपना ही रूप करवा देंदी है, अपना रूप बना लैंदी है, अपने विच समाई बख्श देंदी है। इस करके गुरु शब्द दे विच कह देना सौख है भी साडा गुरु ते शब्द दे, असीं किसे अगे नहीं झुकदे, चंगी गल है। पर जिन्ना वड्डा गुरु होवे ना, उन्नू मनाउण वास्ते उन्नी वड्डी कीमत भी चुकाउणी पैंदी है, सौखा जा नहीं। आ दो लफ्ज ने असीं भी बोल देंगे शब्द गुरु है, पर शब्द गुरु दीआं शर्तां की ने, शब्द गुरु दे संविधान की ने, कि उन्हां दे अनुसार असीं चल रहे हां। इसलिए गुरु दा ये दूसरा गुण अपने विच लीन कर लेना, अपने विच अभेद कर लेना। हुण मैं कुछ गल्लां गुरबाणी दी शक्ति और गुरु के शब्द गुरबाणी दे सत्कार बारे सिख इतिहास की कहिंदा है और सिख रूहानियत की कह रही है, मैं थोड़ियां जिहियां उदाहरणां देना चाहुंना। अज दा लड़ीवार शब्द भी है कि जिहड़ा मनुख मोह विच चिकड़ विच बंधना विच फसिया होया है, गुरबाणी उहदे बंधन तोड़ देंदी है। सवेर दा वक्त है, वेखो ये भी गुरबाणी नाल संबंधित एक घटना है। जिथे जिथे गुरबाणी गई, उन्हें हर एक नूं प्रभावित किया। सवेर दा वक्त है, भाई मरदाना जी कोल बैठे ने, गुरु नानक साहब
ਕਹਿੰਦੇ ਨੇ ਮਰਦਾਨਿਆਂ ਰਭਾਵ ਕੱਢ ਲੈ। ਮਰਦਾਨਾ ਉਸ ਦੇਸ਼ ਨੂੰ ਜਾਣਦਾ, ਕਹਿਣ ਲੱਗਾ ਸਤਿਗੁਰੂ ਇਸ ਦੇਸ਼ ਵਿੱਚ ਸੰਗੀਤ ਦੀ ਮਨਾਈ ਹੈ, ਇੱਥੇ ਗਾਇਆ ਨਹੀਂ ਜਾ ਸਕਦਾ, ਮਾਰ ਦੇਣਗੇ ਲੋਕ, ਇਸਲਾਮੀ ਮੁਲਕ ਹੈ, ਬਗਦਾਦ ਹੈ। ਸਤਿਗੁਰਾਂ ਨੇ ਕਿਹਾ ਕੋਈ ਗੱਲ ਨਹੀਂ ਮਰਦਾਨਿਆਂ, ਇੱਥੇ ਬੜਾ ਚਿਰ ਪਹਿਲਾਂ ਰਭਾਵ ਵੱਜੀ ਸੀ, ਉਹਦੇ ਵਿੱਚ ਇੱਕ ਕਮੀ ਰਹਿ ਗਈ ਸੀ, ਅੱਜ ਮੈਂ ਉਹ ਪੂਰੀ ਕਰਨੀ ਹੈ। ਪਹਿਲਾਂ ਕਿਵੇਂ ਵੱਜੀ ਸੀ? ਗੁਰੂ ਨਾਨਕ ਦੇਵ ਜੀ ਦੇ ਬਗਦਾਦ ਵਿੱਚ ਜਾਣ ਤੋਂ 2500 ਸਾਲ ਪਹਿਲਾਂ ਡਾਕਟਰ ਬਲਬੀਰ ਸਿੰਘ ਲੰਮੀ ਨਜ਼ਰ ਵਿੱਚ ਲਿਖਦੇ ਨੇ, ਉਸ ਬਗਦਾਦ ਦੇ ਵਿੱਚ ਉਦੋਂ ਰਬਾਬਾਂ ਵੱਜਦੀਆਂ ਸਨ, ਸੰਗੀਤ ਗਾਇਆ ਜਾਂਦਾ ਸੀ, ਮਜਲਸਾਂ ਲੱਗਦੀਆਂ ਸਨ, ਉੱਥੇ ਸੰਗੀਤਕਾਰ ਆਪਣੀ ਕਲਾ ਦਾ ਮੁਜਰਾ ਕਰਦੇ ਸਨ। ਇੱਥੋਂ ਦਾ ਇੱਕ ਬਾਦਸ਼ਾਹ ਸੀ ਅਤੇ ਇੱਥੇ ਇੱਕ ਹਕੀਮ ਰਹਿੰਦਾ ਸੀ ਜਿਹਦਾ ਨਾਮ ਸੀ ਹਕੀਮ ਫਰਾਬੀ। ਉਹ ਲੋਕਾਂ ਦਾ ਇਲਾਜ ਕਰਦਾ ਸੀ, ਪਾਟੇ ਕੱਪੜੇ ਪਾਉਂਦਾ ਸੀ, ਸਿੱਧਾ ਜਿਹਾ ਮਨੁੱਖ ਸੀ, ਪਰ ਉਹਦੇ ਹੱਥ ਵਿੱਚ ਇੱਕ ਸਾਜ਼ ਹੁੰਦਾ ਸੀ, ਉਹਦਾ ਕੋਈ ਪਤਾ ਨਹੀਂ ਕਿੱਥੇ ਜਾ ਕੇ ਬੈਠ ਜਾਏ ਅਤੇ ਸਾਰਾ ਦਿਨ ਉਹ ਸਾਜ਼ ਵਜਾ ਕੇ ਵਿੱਚ ਲੀਨ ਹੁੰਦਾ ਰਹੇ। ਉਹਦੇ ਸਾਜ ਵਿੱਚ ਇੰਨੀ ਬਰਕਤ ਸੀ, ਉਹ ਸਾਜ਼ ਦੇ ਨਾਲ ਮੀਂਹ ਪਵਾ ਸਕਦਾ ਸੀ, ਅੱਗ ਬਾਲ ਸਕਦਾ ਸੀ, ਲੋਕਾਂ ਨੂੰ ਹਸਾ ਸਕਦਾ ਸੀ, ਲੋਕਾਂ ਨੂੰ ਰਵਾ ਸਕਦਾ ਸੀ, ਉਹ ਸਾਜ਼ ਦੇ ਵਿੱਚ ਇੰਨੀ ਸ਼ਕਤੀ ਸੀ। ਇੱਕ ਦਿਨ ਉੱਥੋਂ ਦੇ ਬਾਦਸ਼ਾਹ ਨੇ ਕਿਸੇ ਤੋਂ ਸੁਣਿਆ ਫਰਾਬੀ ਕੋਲ ਸੰਗੀਤ ਬੜਾ ਸੋਹਣਾ, ਉਹਨੇ ਕਈ ਵਾਰੀ ਬੁਲਾਇਆ, ਫਰਾਬੀ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗਾ ਮੈਂ ਤੇਰੀ ਮਜਲਿਸ ਵਿੱਚ ਨਹੀਂ ਆ ਸਕਦਾ, ਕਿਉਂਕਿ ਕਲਾਵਾਨ ਵਿਅਕਤੀ ਕਿਸੇ ਦੇ ਅੱਗੇ ਪੇਸ਼ ਹੋ ਕੇ ਨਹੀਂ ਗਾਉਂਦੇ। ਇਹ ਤਾਂ ਅਸੀਂ ਕਹਿ ਦਿੱਤਾ ਨਾ ਵਾਰ ਵਾਰ, ਅਸੀਂ ਪੇਸ਼ ਕਰਦੇ ਹਾਂ ਜੀ ਗੁਰਬਾਣੀ ਦੀ ਕੈਸਟ, ਅਤੇ ਅਸੀਂ ਸੁਣ ਵੀ ਰਹੇ ਹਾਂ ਆਰਾਮ ਨਾਲ, ਇਹ ਪੇਸ਼ ਕਰਦੇ ਨੇ ਜੀ ਗੁਰਬਾਣੀ। ਹੁਣ ਪੇਸ਼ ਪਤਾ ਕਿਹਨੂੰ ਕੀਤਾ ਜਾਂਦਾ ਹੈ? ਪੇਸ਼ ਕੀਤਾ ਜਾਂਦਾ ਮੁਰਜਮ ਨੂੰ, ਕਿਸੇ ਦੇ ਪੇਸ਼ ਕੀਤਾ ਜਾਂਦਾ ਹੈ। ਗੁਰਬਾਣੀ ਪੇਸ਼ ਨਹੀਂ ਕੀਤੀ ਜਾ ਸਕਦੀ, ਗੁਰਬਾਣੀ ਦੇ ਪੇਸ਼ ਹੋਇਆ ਜਾ ਸਕਦਾ ਹੈ। ਇਹ ਠੀਕ ਹੈ, ਅਸੀਂ ਜਿਵੇਂ ਕਹਿੰਦੇ ਹਾਂ ਇੱਕ ਦੂਜੇ ਦੀ ਪੂਛ ਫੜ ਕੇ ਤੁਰੀ ਜਾਂਦੇ ਹਾਂ। ਉਹ ਕਹਿਣ ਲੱਗਾ ਮੈਂ ਤੇਰੇ ਪੇਸ਼ ਨਹੀਂ ਹੋਵਾਂਗਾ। ਬਾਦਸ਼ਾਹ ਸੀ, ਉਹਨੇ ਤੰਗ ਕੀਤਾ, ਦੁਖੀ ਕੀਤਾ। ਇੱਕ ਦਿਨ ਬਾਦਸ਼ਾਹ ਦੀ ਮਜਲਿਸ ਲੱਗੀ ਸੀ, ਫਰਾਬੀ ਨੂੰ ਗੁੱਸਾ ਆ ਗਿਆ, ਉਸ ਮਜਲਿਸ ਵਿੱਚ ਚਲਾ ਗਿਆ। ਕਹਿੰਦੇ ਨੇ ਉੱਥੇ ਉਹਦੇ ਵਜ਼ੀਰ, ਉਸਦੇ ਮੰਤਰੀ, ਬਾਦਸ਼ਾਹ ਖੁਦ ਬੈਠਾ ਸੀ। ਫਰਾਬੀ ਦੇ ਸਾਜ ਦੇ ਵਿੱਚ ਦੋ ਤਾਰਾਂ ਸਨ, ਸਿਰਫ ਦੋ ਸੰਗੀਤ ਸਨ। ਉਹਨੇ ਆਪਣੀ ਉਹ ਸੰਗੀਤ ਦਾ ਜਿਹੜਾ ਖੋਲ੍ਹਿਆ, ਉਸਨੇ ਰਬਾਬ ਖੋਲ੍ਹੀ, ਪਹਿਲੀ ਤਾਰ ਵਜਾਈ, ਸਾਰੇ ਹੱਸਣ ਲੱਗ ਪਏ। ਦੂਸਰੀ ਤਾਰ ਵਜਾਈ, ਸਾਰੇ ਰੋਣ ਲੱਗ ਪਏ ਅਤੇ ਬੇਹੋਸ਼ ਹੋ ਗਏ, ਸਾਰਾ ਦਰਬਾਰ ਬੇਹੋਸ਼ ਹੋ ਕੇ ਡਿੱਗ ਪਿਆ। ਇਹ ਸੰਗੀਤ ਦੇ ਵਿੱਚ ਕਲਾ ਹੈ, ਸਮੇਂ ਦੇ ਅਨੁਸਾਰ ਮੈਂ ਨਹੀਂ ਕਹਿ ਸਕਦਾ ਵੀ ਸੰਗੀਤ ਰੁਆ ਵੀ ਸਕਦਾ, ਹਸਾ ਵੀ ਸਕਦਾ, ਬੇਹੋਸ਼ ਵੀ ਕਰ ਸਕਦਾ, ਹੋਸ਼ ਵਿੱਚ ਵੀ ਲਿਆ ਸਕਦਾ। ਸਾਰੀ ਸਭਾ ਇਹਨੇ ਦੋ ਤਾਰਾਂ ਵਜਾ ਕੇ ਬੇਹੋਸ਼ ਕਰ ਦਿੱਤੀ। ਫਿਰ ਉਹਨੇ ਇੱਕ ਕਾਗਜ਼ ਕੱਢਿਆ, ਉਹਦੇ ਉੱਤੇ ਲਿਖਿਆ, ਉਹਦੇ ਭਾਵ ਅਰਥ ਸਨ, ਹਿੰਦੀ ਵਿੱਚ ਉਹ ਸ਼ਬਦ ਉਤਾਰੇ ਗਏ ਨੇ ਫਾਰਸੀ ਵਿੱਚ, ਤੁਸਾਂ ਫਰਾਬੀ ਨੂੰ ਯਾਦ ਕੀਤਾ, ਫਰਾਬੀ ਆਇਆ, ਉਸਨੇ ਤੁਹਾਨੂੰ ਹਸਾਇਆ ਅਤੇ ਰਵਾਇਆ, ਹੁਣ ਮੈਂ ਮਦਹੋਸ਼ ਕਰਕੇ ਚੱਲਾਂ, ਕੋਈ ਮਾਈ ਦਾ ਲਾਲ ਤੁਹਾਨੂੰ ਉਠਾ ਕੇ ਦਿਖਾ ਦੇ, ਬੇਹੋਸ਼ ਕਰ ਦਿੱਤਾ। ਇਹ ਘਟਨਾ 2500 ਪਹਿਲਾਂ ਸਾਲ ਪਹਿਲਾਂ ਵਾਪਰੀ, ਜਦੋਂ ਗੁਰੂ ਨਾਨਕ ਸਾਹਿਬ ਗਏ ਨੇ। ਕਹਿਣ ਲੱਗੇ ਮਰਦਾਨਿਆਂ, ਰਬਾਬ ਇੱਥੇ ਪਹਿਲਾਂ ਵੀ ਵੱਜੀ ਏ, ਪਰ ਉਹਦੀਆਂ ਤਾਰਾਂ ਦੋ ਸਨ, ਅੱਜ ਮੈਂ ਤੀਸਰੀ ਚੀਜ਼ ਵਿੱਚ ਪਾ ਕੇ ਵਜਾਉਣੀ ਏ, ਜਿਹੜੀ ਕੇਵਲ ਮਦਹੋਸ਼ ਨਹੀਂ ਕਰਦੀ, ਮਾਰਦੀ ਨਹੀਂ, ਉਹ ਮਾਰ ਕੇ ਬੰਦੇ ਨੂੰ ਜਿਉਂਦਿਆਂ ਵੀ ਕਰ ਦਿੰਦੀ। ਉਹ ਕਿਹੜੀ ਚੀਜ਼ ਸੀ? ਉਹ ਗੁਰਬਾਣੀ ਦਾ ਸ਼ਬਦ ਸੀ। ਸੰਗੀਤ ਤਾਂ ਉਹਨੇ ਵੀ ਵਜਾਇਆ ਸੀ, ਪਰ ਉਹਦੇ ਕੋਲ ਬਾਣੀ ਨਹੀਂ ਸੀ। ਹਜ਼ੂਰ ਨੇ ਕਿਰਪਾ ਕੀਤੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਫਿਰ ਗਿਆ ਬਾਬਾ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਗ ਨਿਵਾਜ ਕਰ, ਸੁੰਨ ਸਮਾਨ ਹੋਆ ਜਹਾਨਾ, ਸੰਸਾਰ ਸੁੰਨ ਹੋ ਗਿਆ। ਉੱਥੋਂ ਬਾਰੇ ਇੱਕ ਸੱਜਣ ਨੇ ਬੜਾ ਪਿਆਰਾ ਲਿਖਿਆ, ਉਹ ਕਹਿੰਦਾ ਜਿਹੜੇ ਜ਼ਿਮੀਂਦਾਰ ਹਲ ਵਾਹ ਰਹੇ ਸਨ, ਬਲਦ ਰੁਕ ਗਏ, ਉਹ ਹਲ ਵਾਹੁਣ ਵਾਲਾ ਵੀ ਉੱਥੇ ਖੜਾ ਹੋ ਗਿਆ। ਜਦੋਂ ਗੁਰਬਾਣੀ ਦਾ ਸੰਗੀਤ ਗਿਆ, ਉਹ ਇਕੱਲਾ ਸੰਗੀਤ ਨਹੀਂ ਸੀ, ਜਦੋਂ ਧੁਰ ਕੀ ਬਾਣੀ ਦਾ ਅਲਾਪ ਕੰਨਾਂ ਵਿੱਚ ਪਿਆ,
ਵਾਹੁੰਦੇ ਹੋਏ ਹਲ ਰੁਕ ਗਏ। ਇਹਨੂੰ ਸੁੰਨ ਸਮਾਨ ਹੋਵਾ ਜਹਾਨਾ ਕਿਹਾ। ਕੋਈ ਮੱਝ ਚੋਰਿਆ ਸੀ, ਉੱਥੇ ਬੈਠ ਗਿਆ ਵਿੱਚੇ, ਮੱਝ ਵੀ ਵਿੱਚੇ ਰੁਕ ਗਈ, ਦੁੱਧ ਵੀ ਵਿੱਚੇ ਰੁਕ ਗਿਆ। ਜਿਹੜਾ ਵੀ ਕੋਈ ਕੰਮ ਕਰ ਰਿਹਾ ਸੀ, ਕੁਝ ਪੱਥਰ ਮਾਰਨ ਵਾਸਤੇ ਆਏ, ਕਿਉਂਕਿ ਉਸ ਫਕੀਰ ਨੇ ਕਿਹਾ ਪੱਥਰ ਮਾਰੋ, ਇਸਲਾਮ ਦੀ ਤੋਹੀਨ ਹੈ। ਪੱਥਰ ਹੱਥਾਂ ਵਿੱਚ ਸਨ, ਬਾਬਾ ਜੀ ਨੇ ਬਾਣੀ ਦੇ ਸ਼ਬਦ ਅਲਾਪ ਕੀਤੇ, ਹੱਥਾਂ ਦੇ ਵਿੱਚ ਹੀ ਪੱਥਰ ਸੁੰਨ ਹੋ ਗਏ, ਰੁਕ ਗਏ ਉਹ ਲੋਕ। ਸਾਰਾ ਬਗਦਾਦ ਸੁੰਨ ਹੋ ਗਿਆ। ਦਸਤਗੀਰ ਦੌੜ ਕੇ ਆਇਆ, ਭੱਜ ਕੇ ਆਇਆ। ਇਹ ਸਾਧਕ ਸੀ, ਇਹ ਸੁੰਨ ਨਹੀਂ ਸੀ ਹੋਇਆ। ਇਹਨੇ ਆ ਕੇ ਬੇਨਤੀ ਕੀਤੀ, ਮਹਾਰਾਜ ਇਹਨਾਂ ਨੂੰ ਸੁਰਜੀਤ ਕਰੋ। ਸਾਰੇ ਲੋਕ ਪੱਥਰ ਦੇ ਬਣ ਗਏ ਨੇ। ਸਤਿਗੁਰਾਂ ਨੇ ਕਿਹਾ ਪੱਥਰ ਦੇ ਨਹੀਂ, ਇਹਨਾਂ ਨੂੰ 4 ਮਿੰਟ ਆਰਾਮ ਵਿੱਚ ਕੱਢ ਲੈਣ ਦੇ, ਸਾਰੀ ਉਮਰ ਫਿਰ ਇਹਨਾਂ ਭੱਜਣਾ ਹੀ ਹੈ। ਇਹ ਸ਼ਾਂਤੀ ਕਿਸ ਦੀ ਸੀ, ਇਹ ਟਿਕਾ ਕਿਹਦਾ ਸੀ, ਇਹ ਸਮਾਧੀ ਕਿਹਦੀ ਸੀ? ਇਹ ਗੁਰਬਾਣੀ ਦੀ ਸਮਾਧੀ ਸੀ। ਸੰਗੀਤ ਤਾਂ ਉਹੀ ਸੀ, ਰਬਾਬ ਉਹੀ ਸੀ ਮਰਦਾਨੇ ਦੇ ਕੋਲ, ਉਹੀ ਪਰਦੇ ਸਨ, ਪਰ ਗੁਰੂ ਨਾਨਕ ਨੇ ਤੀਸਰਾ ਪਰਦਾ ਵਰਤਿਆ, ਤੀਸਰਾ ਸਾਜ਼, ਤੀਸਰੀ ਤਾਰ ਵਜਾਈ, ਜਿਹੜੀ ਧੁਰ ਕੀ ਬਾਣੀ ਦੀ ਤਾਰ ਸੀ, ਉਹਨੇ ਲੋਕਾਂ ਨੂੰ ਸੁੰਨ ਕਰ ਦਿੱਤਾ, ਅਤੇ ਸੁੰਨ ਕਰਕੇ ਫਿਰ ਨਵਾਂ ਜੀਵਨ ਦੇ ਦਿੱਤਾ, ਸੁਰਜੀਤ ਕਰ ਦਿੱਤਾ। ਇਹਨੂੰ ਬਾਣੀ ਵਿੱਚ ਕਿਹਾ ਹੈ, ਜੀਵਤ ਮਰੋ ਮਰੋ ਫੁਨ ਜੀਵੋ, ਤਾਂ ਫਿਰ ਮਰਨ ਨਾ ਹੋਈ। ਇਸ ਲਈ ਇਹ ਗੁਰਬਾਣੀ ਦੀ ਸ਼ਕਤੀ ਹੈ। ਇੱਕ ਹੋਰ ਮੈਂ ਘਟਨਾ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਦੇ ਨੇੜੇ ਆਵਾਂ। ਕਿੰਨਾ ਕੁਝ ਗੁਰਬਾਣੀ ਨੇ ਜਗਤ ਵਿੱਚ ਕਰਕੇ ਦਿਖਾ ਦਿੱਤਾ। ਇੱਕ ਸੱਜਣ ਬੜੇ ਗੁੱਸੇ ਵਿੱਚ ਆ ਗਿਆ, ਬੜੇ ਰੋਹ ਵਿੱਚ ਆ ਗਿਆ। ਫਕੀਰ ਸੀ, ਸਾਧਨਾ ਕਰਦਾ ਸੀ, ਕਿਸੇ ਸ਼ਹਿਰ ਦੇ ਵਾਸੀ ਨਾਲ ਨਾਰਾਜ਼ ਹੋ ਗਿਆ। ਉਹਨੇ ਆਪਣੇ ਚੇਲੇ ਸੱਦੇ, ਕਹਿਣ ਲੱਗਾ ਮੇਰੀ ਗੁਫਾ ਦੇ ਕਰ ਦਿਓ ਦਰਵਾਜ਼ੇ ਬੰਦ, ਮੈਂ ਅੰਦਰ ਬਹਿਣਾ। ਉਹਨਾਂ ਨੇ ਕਿਹਾ ਕੀ ਗੱਲ, ਕਿਉਂ ਹੋ ਰੋਸ ਦੇ ਅੰਦਰ? ਜਵਾਬ ਮਿਲਿਆ, ਸੰਸਾਰ ਦੇ ਲੋਕਾਂ ਨੇ ਮੇਰੀ ਤੋਹੀਨ ਕੀਤੀ ਹੈ, ਮੇਰੇ ਬੁਰਜ ਦਾ ਦਰਵਾਜ਼ਾ ਬੰਦ ਕਰ ਦਿਓ, ਮੈਂ 40 ਦਿਨ ਲਾ ਕੇ ਸਾਰੇ ਸ਼ਹਿਰ ਨੂੰ ਗਰਕ ਕਰ ਦਿਆਂਗਾ। ਇਹ ਸਿਆਲਕੋਟ ਦੀ ਘਟਨਾ ਸੀ। ਹਮਜ਼ਾ ਗੌਸ ਫਕੀਰ ਹੈ, ਬੜੇ ਕ੍ਰੋਧ ਵਾਲਾ ਹੈ, ਬੜਾ ਗੁੱਸਾ ਇਹਦੇ ਵਿੱਚ ਆ ਗਿਆ। ਇਹਨੇ ਗੁਰੂ ਕੇ ਸਵਾਰੇ ਹੋ ਦਰਵਾਜ਼ੇ ਬੰਦ ਕਰ ਲਏ, ਅੰਦਰ ਆਪਣਾ ਚਲੀਸਾ ਕੱਟਣਾ ਸ਼ੁਰੂ ਕਰ ਦਿੱਤਾ, ਆਪਣੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ। ਹਾਹਾਕਾਰ ਮੱਚ ਗਈ ਸਿਆਲਕੋਟ ਦੇ ਵਿੱਚ, ਲੋਕ ਦੌੜਨ ਲੱਗੇ, ਸਤਿਗੁਰੂ ਲੰਘ ਰਹੇ ਸਨ ਕਿਤੇ ਨੇੜਿਓਂ। ਕੁਝ ਲੋਕ ਉੱਧਰ ਚਲੇ ਗਏ, ਮਹਾਰਾਜ ਇੱਕ ਫਕੀਰ ਅੰਦਰ ਬੈਠਾ ਹੈ, ਤਬਾਹ ਕਰ ਦੇਗਾ। ਸਤਿਗੁਰਾਂ ਨੇ ਕਿਹਾ ਉਹਦੇ ਹੱਥ ਵਿੱਚ ਕੁਝ ਨਹੀਂ ਹੈ, ਸਭ ਕੁਝ ਕਰਤਾਰ ਕਰੇਗਾ। ਚਲੇ ਗਏ, ਉਹਦਾ ਡੇਰਾ ਆ ਗਿਆ, ਅੰਦਰ ਦੇਖਿਆ ਚੌਵਾਂ ਪਾਸੇ ਪਹਿਰਾ ਲੱਗਾ ਹੋਇਆ, ਪਹਿਰੇਦਾਰ ਖੜ੍ਹੇ ਨੇ। ਪੁੱਛਿਆ ਤੁਹਾਡਾ ਆਗੂ ਕਿੱਥੇ ਹੈ, ਫਕੀਰ ਕਿੱਥੇ ਹੈ? ਜਵਾਬ ਮਿਲਿਆ ਉਹ ਅੰਦਰ ਬੈਠੇ ਨੇ, 40 ਦਿਨ ਵਾਸਤੇ ਬਾਹਰ ਨਹੀਂ ਆਉਣਗੇ। ਹਜ਼ੂਰ ਨੇ ਕਿਹਾ ਅਸੀਂ ਅੱਗੇ ਜਾਣਾ, ਅਸੀਂ ਮਿਲਣਾ ਚਾਹੁੰਦੇ ਹਾਂ, ਮਿਲ ਕੇ ਜਾਣਾ ਹੈ। ਕਹਿਣ ਲੱਗੇ ਉਹਦਾ ਹੁਕਮ ਹੈ, ਕੋਈ ਮੇਰਾ ਦਰਵਾਜ਼ਾ ਤੱਕ ਨਾ ਖੜਕਾਏ, ਉਹਦਾ ਬੜਾ ਭੈ ਹੈ, ਬੜਾ ਡਰ ਹੈ ਉਸਦਾ। ਸਤਿਗੁਰਾਂ ਨੇ ਕਿਹਾ ਉਹਨੂੰ ਕਹਿ ਦਿਓ ਅਸੀਂ ਮਿਲਣ ਵਾਸਤੇ ਆਏ ਹਾਂ, ਪਰ ਕਿਸੇ ਚੇਲੇ ਦੀ ਹਿੰਮਤ ਨਾ ਪਈ ਉਹਨੂੰ ਕਹਿਣ ਵਾਸਤੇ। ਫਿਰ ਸਤਿਗੁਰਾਂ ਨੇ ਕਿਹਾ ਮਰਦਾਨਿਆਂ, ਹੁਣ ਤੂੰ ਉਹਨੂੰ ਬਾਹਰ ਕੱਢੇਗਾ, ਕੱਢ ਆਪਣੀ ਰਬਾਬ। ਮਰਦਾਨੇ ਨੇ ਰਬਾਬ ਕੱਢ ਲਈ, ਉਹਨੇ ਤਾਰਾਂ ਖਿੱਚੀਆਂ, ਵਜਾਉਣਾ ਸ਼ੁਰੂ ਕਰ ਦਿੱਤਾ। ਸਤਿਗੁਰਾਂ ਨੇ ਜਦੋਂ ਅਲਾਪ ਕੀਤਾ, ਉਹਦੇ ਬੁਰਜ ਦੇ ਵਿੱਚ ਸੁਰਾਗ ਕਰਕੇ ਸ਼ਬਦ ਅੰਦਰ ਚਲੇ ਗਏ। ਗੁਰਬਾਣੀ ਦੇ ਵਿੱਚ ਕਿੰਨੀ ਸ਼ਕਤੀ ਹੈ! ਇਤਿਹਾਸ ਵਿੱਚ ਲਿਖਿਆ ਉਹਦਾ ਬੁਰਜ ਪਾਟ ਗਿਆ ਸੀ, ਠੀਕ ਹੈ ਹੋਇਆ ਹੋਵੇਗਾ, ਪਰ ਸੱਚ ਇਹ ਹੈ ਗੁਰਬਾਣੀ ਅੰਦਰ ਚਲੀ ਗਈ ਸੀ। ਗੁਰਬਾਣੀ ਦਾ ਅਲਾਪ ਅੰਦਰ ਚਲਾ ਗਿਆ, ਫਕੀਰ ਜਿਹੜਾ ਮੰਤਰ ਪੜ੍ਹ ਰਿਹਾ ਸੀ ਟੁੱਟਣਾ ਸ਼ੁਰੂ ਹੋ ਗਿਆ। ਕਿਉਂ? ਗੁਰੂ ਨੇ ਤੋੜਿਆ ਨਹੀਂ, ਤਾਕਤ ਨਹੀਂ ਵਰਤੀ, ਗੁਰੂ ਨੇ ਸਿਰਫ ਸੁਣਾਇਆ, ਅਤੇ ਫਕੀਰ ਦੀ ਸੁਰਤ ਜਿਹੜੀ ਉਹਦੇ ਮੰਤਰ ਵਿੱਚ ਰੁੱਝੀ ਹੋਈ ਸੀ, ਜਦੋਂ ਬਾਹਰੋਂ ਰਸ ਮਿਲਿਆ ਉਹਨੇ ਆਪਣੇ ਆਪ ਮੰਤਰ ਛੱਡਣਾ ਸ਼ੁਰੂ ਕਰ ਦਿੱਤਾ। ਅਸੀਂ ਦੂਸਰਿਆਂ 'ਤੇ ਤਰਕ ਕਰਨੇ ਹਾਂ, ਗੱਲ ਅਸੀਂ ਆਪਣੇ ਧਰਮ ਦੀ ਕਰਨੀ ਹੁੰਦੀ ਹੈ, ਨਿੰਦਿਆ 10 ਧਰਮਾਂ ਦੀ ਕਰਕੇ ਤਾਂ ਅਸੀਂ ਆਪਣੀ ਗੱਲ ਕਰਨੇ ਹਾਂ। ਮੇਰੇ ਖਿਆਲ ਵਿੱਚ ਜੇ ਅਸੀਂ ਆਪਣੇ ਹੀ ਧਰਮ ਦੀ ਵਿਆਖਿਆ ਕਰ ਲਈਏ ਨਾ, ਜੇ ਸਾਡੇ ਵਿੱਚ ਜਿੰਦ ਹੋਈ ਤਾਂ ਉਹ ਲੋਕ ਆਪੇ ਪ੍ਰਭਾਵਿਤ ਹੋ ਜਾਣਗੇ।
जे गुरु की बरकत वरती हुई अंदर, सतगुरां ने शब्द गाया गुरबाणी का कि ऐसे काहे भूल परे, इस तरह के शब्द गाए, इस तरह दियां जदों धुनिया अंदर गईयां ते शब्द की एक शक्ति है जिहड़ी बंदे नूं होर कुछ नहीं करन दिंदी। जदों शब्द अपनी असलीयत ते आउंदा है ना, गुरबाणी जे शब्द पूरी तरह है ते गुरु ने पर्दे विच रख्या होया शब्द नूं, गुरबाणी नूं ਉਹਨਾਂ ਕੋਈ ਵਰਤਦਾ ਜਿਹਦੇ ਨਾਲ ਸੰਸਾਰ ਦੇ ਲੋਕ ਕੰਮ ਤੇ ਕਰਦੇ ਰਹਿਣ, ਜਿਹਨੂੰ ਆਪਾਂ ਸਿੱਧੀ ਬੋਲੀ ਵਿੱਚ ਕਹਿੰਦੇ ਹਾਂ ਆਪਣੀ ਆਈ ਤੇ ਆ ਜਾਣਾ। ਜੇ ਸ਼ਬਦ ਆਪਣੀ ਆਈ ਤੇ ਆ ਜਾਏ ਤੇ ਬੰਦਾ ਜਿੱਥੇ ਬੈਠਾ ਅਖੀਰਲੇ ਸਵਾਸ ਉੱਥੇ ਨਿਕਲਦੇ ਨੇ, ਉੱਠਣ ਨਹੀਂ ਦਿੰਦਾ ਹੈ, ਜਾਣ ਨਹੀਂ ਦਿੰਦਾ। ਇਸ ਕਰਕੇ ਉਹਦੇ ਉਹ ਮੰਤਰ ਟੁੱਟ ਗਏ, ਬੇਚੈਨ ਹੋ ਗਿਆ। ਬਾਹਰੋਂ ਕੋਈ ਠੰਡੀ ਮਿੱਠੀ ਆਵਾਜ਼ ਆਈ, ਦਰਵਾਜ਼ਾ ਖੜਕਿਆ, ਚੇਲੇ ਹੈਰਾਨ ਹੋ ਗਏ, ਫਕੀਰ ਕਿਉਂ ਬਾਹਰ ਨਿਕਲ ਆਇਆ, 40 ਦਿਨ ਤੇ ਹੋਏ ਨਹੀਂ। ਆ ਕੇ ਕੋਲ ਬੈਠ ਗਿਆ। ਸਤਿਗੁਰੂ ਕਹਿੰਦੇ ਫਕੀਰ ਸਾਈ ਕੋਈ ਗੱਲ ਕਰਨੀ ਹੈ? ਕਹਿਣ ਲੱਗਾ ਮਹਾਰਾਜ ਗੱਲ ਫਿਰ ਕਰਾਂਗੇ, ਪਹਿਲਾਂ ਥੋੜ੍ਹਾ ਜਿਹਾ ਹੋਰ ਸੁਣਾ ਦਿਓ। ਬੜੀ ਸ਼ਾਂਤੀ ਆਈ ਹੈ। ਫਿਰ ਉਹਨੂੰ ਪੁੱਛਿਆ ਕਾਰਨ ਕੀ ਹੈ? ਉਹਨੇ ਕਿਹਾ ਮੈਂ ਕਿਸੇ ਨੂੰ 2 ਪੁੱਤਰ ਦਿੱਤੇ ਸਨ, ਰੱਬ ਅੱਗੇ ਅਰਦਾਸ ਕੀਤੀ ਸੀ, ਉਹਨਾਂ ਨੇ ਕਿਹਾ ਸੀ ਇੱਕ ਤੈਨੂੰ ਦਿਆਂਗੇ, ਮੁੱਕਰ ਗਏ ਨੇ, ਮੈਂ ਸਾਰੇ ਸ਼ਹਿਰ ਨੂੰ ਗਰਕ ਕਰ ਦੇਣਾ ਹੈ। ਸਤਿਗੁਰਾਂ ਨੇ ਕਿਹਾ ਠੀਕ ਨਹੀਂ ਹੈ, ਫਕੀਰੀ ਦੇ ਅਰਥ ਨੇ ਲੁੱਕ ਕੇ ਰਹਿਣਾ, ਆਪਣੇ ਆਪ ਨੂੰ ਲੁਕਾ ਕੇ ਰੱਖਣਾ, ਫਕੀਰੀ ਦਾ ਅਰਥ ਤੇ ਤਾਕਤ ਕੋਲ ਰੱਖ ਕੇ ਉਸ ਨੂੰ ਸਮਾਈ ਰੱਖਣਾ, ਨਾ ਕਿ ਸ਼ਬਦ ਪੜ੍ਹ ਪੜ੍ਹ ਕੇ ਤੇ ਛਿਲੇ ਕੱਟ ਕੱਟ ਕੇ ਲੋਕਾਂ ਦਾ ਨੁਕਸਾਨ ਕਰਨਾ। ਇਹਨੂੰ ਫਕੀਰੀ ਨਹੀਂ ਕਹਿੰਦੇ, ਇਹਨੂੰ ਸਿੱਖੀ ਨਹੀਂ ਕਹਿੰਦੇ। ਬੜੇ ਲੋਕ ਹੋਣਗੇ ਸਾਡੇ ਵਿੱਚ ਵੀ ਅੱਜ, ਇਹ ਸਿੱਖੀ ਨਹੀਂ ਹੈ, ਇਹ ਗੁਰਸਿੱਖੀ ਦਾ ਮਾਰਗ ਨਹੀਂ ਹੈ। ਸਿੱਖੀ ਪਿਆਰ ਦਾ ਮਾਰਗ ਹੈ, ਸਿੱਖੀ ਬਦਲਾ ਲੈਣ ਦਾ ਮਾਰਗ ਨਹੀਂ ਹੈ। ਇਸ ਕਰਕੇ ਤੂੰ ਇਹ ਕੰਮ ਛੱਡ ਦੇ। ਉਹ ਸ਼ਰਨੀ ਪੈ ਗਿਆ, ਸਤਿਗੁਰਾਂ ਨੇ ਉਹਦੇ 'ਤੇ ਕਿਰਪਾ ਕਰ ਦਿੱਤੀ। ਗੁਰਬਾਣੀ ਦੇ ਸ਼ਬਦ ਨੇ ਕਿੰਨੇ ਕਠਿਨ ਮਨ ਨੂੰ ਤੋੜ ਦਿੱਤਾ। ਇਸ ਲਈ ਗੁਰਬਾਣੀ ਦਾ ਅਦਬ ਅਤੇ ਸਤਿਕਾਰ ਕਰਨ ਦੀ ਵੀ ਗੱਲ ਹਜ਼ੂਰ ਨੇ ਕੀਤੀ। ਬੜੇ ਪਿਆਰੇ ਲਫ਼ਜ਼ ਨੇ ਕਿ ਜੋ ਸਿੱਖ ਗੁਰਬਾਣੀ ਭੈ ਕਰੇ, ਜਿਹੜਾ ਸਿੱਖ ਗੁਰਬਾਣੀ ਦੇ ਭੈ ਵਿੱਚ ਜਿਉਂਦਾ ਹੈ ਨਾ, ਬਿਨ ਪ੍ਰਿਆਸ ਭਵ ਸਾਗਰ ਤਰੈ, ਪ੍ਰਿਆਸ ਤੋਂ ਬਿਨਾਂ ਹੀ ਭਵ ਸਾਗਰ ਤੋਂ ਪਾਰ ਹੋ ਜਾਏਗਾ। ਪਰ ਗੁਰਬਾਣੀ ਦਾ ਭੈ ਕੀ ਹੈ? ਗੁਰਬਾਣੀ ਦਾ ਭੈ ਇਹ ਹੈ ਕਿਆ ਗੁਰ ਕਹੇ ਕਰੇ ਹਮ ਕਿਆ। ਗੁਰਬਾਣੀ ਦਾ ਭੈ ਇਕੱਲਾ ਇਹ ਨਹੀਂ ਹੈ, ਇਹ ਠੀਕ ਹੈ, ਇਹ ਬਾਹਰਲਾ ਅਦਬ ਹੈ ਜਿਹੜਾ ਗੁਰੂ ਹਰਿਰਾਇ ਸਾਹਿਬ ਜੀ ਨੇ ਸਿਖਾਇਆ ਕਿ ਜਦੋਂ ਪਲੰਘ 'ਤੇ ਲੇਟੇ ਹੋਏ ਸਨ, 2 ਸਿੱਖ ਦਰਸ਼ਨ ਕਰਨ ਵਾਸਤੇ ਆਏ, ਉਹਨਾਂ ਨੇ ਜਗਾਉਣਾ ਠੀਕ ਨਾ ਸਮਝਿਆ, ਗੁਰਬਾਣੀ ਦਾ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ। ਹਜ਼ੂਰ ਕਾਹਲੀ ਨਾਲ ਉਸ ਪਲੰਘ ਤੋਂ ਉਤਰੇ, ਗੋਡਾ ਪਾਵੇ ਨੂੰ ਲੱਗਾ, ਖੂਨ ਨਿਕਲਣ ਲੱਗ ਪਿਆ, ਜ਼ਮੀਨ 'ਤੇ ਬੈਠ ਗਏ। ਸਿੱਖ ਬੜੇ ਹੈਰਾਨ ਹੋ ਗਏ, ਪਰੇਸ਼ਾਨ ਹੋ ਗਏ, ਮਹਾਰਾਜ ਇਹ ਕੀ ਹੈ? ਕਹਿਣ ਲੱਗੇ ਜਦੋਂ ਮੈਂ ਤਖ਼ਤ 'ਤੇ ਬੈਠਾ ਹੋਵਾਂ ਤੁਸੀਂ ਥੱਲੇ ਬਹਿ ਕੇ ਸ਼ਬਦ ਨਹੀਂ ਪੜ੍ਹਨਾ, ਇਹ ਅਨਾਦਰ ਹੈ ਸ਼ਬਦ ਦਾ। ਉੱਥੇ ਸਾਹਿਬ ਨੇ ਬਚਨ ਕਹੇ, ਤਾਕੀਦ ਕੀਤੀ, ਕਹਿਣ ਲੱਗੇ ਜਿਨ ਗੁਰਬਾਣੀ ਭੈ ਨਹੀਂ ਧਾਰਾ, ਜਾਣੋ ਸੋ ਸਿੱਖ ਨਾਹੀਂ ਹਮਾਰਾ। ਇਸ ਤਰ੍ਹਾਂ ਸਮਝ ਲਓ ਸਾਡਾ ਸਿੱਖ ਹੀ ਨਹੀਂ ਹੈ। ਗੁਰਬਾਣੀ ਦਾ ਭੈ ਅਦਬ ਬਾਹਰੋਂ ਵੀ ਕਰਨਾ ਜ਼ਰੂਰੀ ਹੈ, ਸਫਾਈ ਰੱਖਣੀ। ਗੁਰੂ ਗ੍ਰੰਥ ਸਾਹਿਬ ਜੀ ਦੇ ਵੇਖੋ ਕਈ ਥਾਵਾਂ 'ਤੇ, ਵੈਸੇ ਤਾਂ ਸਾਡਾ ਇਹ ਸਿਸਟਮ ਵੀ ਬਹੁਤ ਗਲਤ ਹੋ ਗਿਆ, ਪਤਾ ਨਹੀਂ ਕਿੰਨੇ ਕੁ ਅਸੀਂ ਗੁਰਦੁਆਰੇ ਬਣਾ ਦਿੱਤੇ। ਹਰ ਇੱਕ ਬੰਦਾ ਜਿੱਥੇ ਕਬਜ਼ਾ ਕਰਨਾ ਹੁੰਦਾ ਗੁਰਦੁਆਰਾ ਬਣਾ ਕੇ ਬੈਠ ਜਾਂਦਾ। ਗੁਰਦੁਆਰੇ ਬਣਾਉਣੇ ਚੰਗੀ ਗੱਲ ਸੀ, ਪਰ ਤਰਤੀਬ ਤੋਂ ਬਿਨਾਂ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਇਹ ਨੁਕਸਾਨਦਾਇਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰੀ ਸਤਿਕਾਰ ਤਾਂ ਰਹਿ ਸਕਦਾ ਹੈ ਜੇ ਗੁਰਦੁਆਰੇ ਕਿਸੇ ਸਿਸਟਮ ਵਿੱਚ ਹੋਣਗੇ, ਕਿਸੇ ਕੰਟਰੋਲ ਵਿੱਚ ਹੋਣਗੇ। ਇਸ ਕਰਕੇ ਗੁਰਬਾਣੀ ਦਾ ਭੈ ਅਤੇ ਅਦਬ ਕਰਨਾ ਸਤਿਗੁਰਾਂ ਨੇ ਸਿਖਾਇਆ। ਉਹ ਸਿੱਖ ਜਿਹਦੇ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਪਜੀ ਸਾਹਿਬ ਦੀ ਬਾਣੀ ਸੁਣੀ ਸੀ, ਸ਼ਰਤਾਂ 3 ਸਨ, ਬਾਣੀ ਦਾ ਉਚਾਰਨ ਸ਼ੁੱਧ ਹੋਵੇ, ਬਾਣੀ ਦਾ ਪਾਠ ਕੰਠ ਹੋਵੇ ਅਤੇ ਬਾਣੀ ਪੜ੍ਹਦਿਆਂ ਮਨ ਕਿਤੇ ਨਾ ਜਾਏ,
भाई गोपाले ने संगत विच बह के सुनाया गुरु हरगोबिंद साहब जी नूं ते गुरु के सवारियो जिस वक्त जपजी साहब भाई गोपाला जी पढ़ते गए ये थां आ गई अखीरली पौड़ी जत पहारा धीरज सुनियार ऐरण मत वेद हथियार समाप्ति आउण दे नेड़े आ गए। गुरु हरगोबिंद साहब ने अंदरों तकिया अंदरों वेख्या गोपाले दा मन सुरत बाणी विचों पासे नहीं गई एकागर होके पढ़ी है उचारण सारे शुद्ध ने मन विच ख्याल आया हुण भाई गोपाले नूं की दईए इहने बड़ा वड्डा कम कर दिता है शर्तां पूरियां कर दित्तियां इहनूं इनाम की दईए सोचदे रहे इह दे दियां उह दे दियां पर अंतर आत्मे विचों आवाज़ आई कि गुरु नानक देव जी दे जपजी साहब पढ़न वाले नूं कुछ भी नहीं दिता जा सकता दुनिया विच जिन्ने पदार्थ ने सारे बिल्कुल छोटे ने इस करके इहदे वास्ते शब्द भेटा वरत्या गया भेटा शब्द भेटा का मतलब हुंदा है समर्पित हो के जिवें एक बादशाह दूजे कोल जांदा है ना जिहड़ा वड्डा है जितया होया है ये गल्लां ते बहुत वड्डियां सन हुण ते सारा कुछ पुठा करके रख दिता सी गुरबाणी दी जिहड़ी माया है ना किसे कथा करनी है कीर्तन करना है जां पाठ करना है ਇਹ ਤਨਖਾਹ ਨਹੀਂ ਹੁੰਦੀ ਤਨਖਾਹ ਸ਼ਬਦ ਇਹਦੇ ਵਾਸਤੇ ਨਹੀਂ ਹੈ ਇਹਦੇ ਵਾਸਤੇ ਭੇਟਾ ਸ਼ਬਦ ਹੈ ਭੇਟਾ ਦਾ ਅਰਥ ਹੁੰਦਾ ਹੈ ਜਿਵੇਂ ਇੱਕ ਵੱਡਾ ਬਾਦਸ਼ਾਹ ਛੋਟੇ ਕੋਲ ਜਾਂਦਾ ਹੈ ਜਿਹੜਾ ਉਹਦੇ ਤੋਂ ਕਮਜ਼ੋਰ ਹੁੰਦਾ ਹੈ ਉਹ ਅੱਗੋਂ ਲੜਨ ਜੋਗਾ ਨਹੀਂ ਹੁੰਦਾ ਅਤੇ ਉਹ ਨਜ਼ਰਾਨਾ ਲੈ ਕੇ ਭੇਟਾ ਲੈ ਕੇ ਪੇਸ਼ ਹੋ ਜਾਂਦਾ ਜੀ ਮੇਰੇ ਕੋਲ ਤਾਂ ਆਹ ਕੁਝ ਹੈ ਇਹ ਭੇਟਾ ਦਾ ਵਿਸ਼ਾ ਚੀਜ਼ਾਂ ਜਿੰਨੀਆਂ ਵੱਡੀਆਂ ਚੀਜ਼ਾਂ ਗੁਰੂ ਸਾਹਿਬ ਨੇ ਬਣਾਈਆਂ ਸਨ ਨਾ ਉਹ ਅਸੀਂ ਵੱਡੀਆਂ ਰਹਿਣ ਕੋਈ ਨਹੀਂ ਦਿੱਤੀਆਂ ਆ ਸ਼ਬਦ ਵਰਤਿਆ ਜਾਂਦਾ ਨਾ ਗੁਰੂ ਕੇ ਵਜ਼ੀਰ ਨੇ ਗੁਰੂ ਕਾ ਵਜ਼ੀਰ ਹੈ ਜੀ ਜਿਹੜੇ ਗ੍ਰੰਥੀ ਸਿੰਘ ਨੇ ਚਲੋ ਸੁਲਝੇ ਜਿਹੜੇ ਸੱਜਣ ਹੁੰਦੇ ਨੇ ਉੱਥੇ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕਿਹੜੀ ਥਾਂ ਹੈ ਉਹਦਾ ਕਿਹੜਾ ਹੈ ਅਤੇ ਬਹੁਤੇ ਥਾਵਾਂ 'ਤੇ ਜਾ ਕੇ ਵੇਖੋ ਵਿਚਾਰੇ ਵਜ਼ੀਰ ਸਾਹਿਬ ਦਾ ਕੀ ਹਾਲ ਹੁੰਦਾ ਹੈ ਜਿਹਨੂੰ ਕੋਈ ਨਹੀਂ ਪੁੱਛਦਾ ਉਹ ਵੀ ਵਜ਼ੀਰ 'ਤੇ ਆ ਕੇ ਆਪਣਾ ਗੁੱਸਾ ਝਾੜ ਜਾਂਦਾ ਹੈ ਤੂੰ ਇੱਧਰ ਦਾ ਕਿਉਂ ਬੈਠਾ ਹੈ ਤੂੰ ਇਸ ਪਾਸੇ ਮੂੰਹ ਕਿਉਂ ਕੀਤਾ ਹੈ ਆਪਣੇ ਮੂੰਹ ਦਾ ਕੋਈ ਪਤਾ ਨਹੀਂ ਭਾਵੇਂ ਧੋ ਕੇ ਵੀ ਨਹੀਂ ਆਇਆ ਇਸ ਕਰਕੇ ਇਹ ਚੀਜ਼ਾਂ ਬੜੀਆਂ ਵੱਡੀਆਂ ਸਨ ਇਹਨਾਂ ਨੂੰ ਅਸੀਂ ਰੋਲ ਕੇ ਰੱਖ ਦਿੱਤਾ ਜ਼ਮੀਨ ਦੇ ਅੰਦਰ ਉਹਦੇ ਵਿੱਚ ਦੋਵੇਂ ਪਾਸੇ ਗੁਨਾਹਗਾਰ ਹੋਣਗੇ ਪਰ ਅਸੀਂ ਉਹਨਾਂ ਨੂੰ ਬਿਲਕੁਲ ਛੁਟਿਆ ਦਿੱਤਾ ਬਿਲਕੁਲ ਰੋਲ ਕੇ ਰੱਖ ਦਿੱਤਾ ਇੱਕ ਪਾਸੇ ਅਸੀਂ ਕਹਿੰਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਹਾਂ ਦੀਨ ਦੁਨੀਆ ਦਾ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ ਅਤੇ ਮੇਰੇ ਖਿਆਲ ਵਿੱਚ ਇੱਕ ਪਿੰਡ ਦਾ ਬੰਦਾ ਹੋਵੇ ਨਾ ਮਾਲਕ ਇੱਕ ਪਿੰਡ ਦਾ ਸ੍ਰਿਸ਼ਟੀ ਦੀ ਤਾਂ ਗੱਲ ਛੱਡ ਦਿਓ ਜਾਂ ਸਟੇਟ ਦਾ ਮਾਲਕ ਹੋਵੇ ਉਹਦਾ ਜਿਹੜਾ ਵਕੀਲ ਜਿਹੜਾ ਉਹਦਾ ਵਜ਼ੀਰ ਹੈ ਉਹਦੇ ਅੱਗੇ 150 ਬੰਦਾ ਤੁਰਦਾ ਉਹਦੀ ਕਿੰਨੀ ਇੱਜ਼ਤ ਹੁੰਦੀ ਹੈ ਅਤੇ ਜਿਹਨੂੰ ਆਪਾਂ ਦੀਨ ਦੁਨੀਆ ਦਾ ਬਾਦਸ਼ਾਹ ਕਹਿ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਉਹਦੇ ਵਜ਼ੀਰ ਦਾ ਆਪਾਂ ਕਿੰਨਾ ਕੁ ਸਤਿਕਾਰ ਕੀਤਾ ਹੈ ਕਹੇ ਉਹਨੂੰ ਵਜ਼ੀਰ ਰਹੇ ਹਾਂ ਗੁਰੂ ਦਾ ਵਜ਼ੀਰ ਹੱਥ ਵਿੱਚ ਉਹਦੇ ਬਾਲਟੀ ਫੜਾਈ ਹੋਈ ਹੈ ਵੀ ਆਪਣੀ ਉਗਰਾਹ ਕੇ ਰੋਟੀ ਇਕੱਠੀ ਕਰ ਲਿਆ ਬਾਅਦ ਵਿੱਚ ਜਿਹੜੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਆਪਣਾ ਗੁੱਸਾ ਉਹਦੇ ਉੱਤੇ ਆ ਕੇ ਝਾੜ ਜਾਂਦਾ ਹੈ ਨਹੀਂ ਇਹ ਗੁਰੂ ਕੇ ਅਹੁਦੇ ਦੀ ਤੋਹੀਨ ਅਤੇ ਬੇਅਦਬੀ ਹੈ ਇਹ ਠੀਕ ਹੈ ਕਿ ਇਸ ਥਾਂ ਦਾ ਕੋਈ ਉੱਚਾ ਜੀਵਨ ਵੀ ਹੁੰਦਾ ਹੈ ਇਹ ਵੀ ਗੱਲ ਨਾਲ ਹੈ ਪਰ ਇਹਦਾ ਮਤਲਬ ਇਹ ਨਹੀਂ ਵੀ 100 ਵਿੱਚੋਂ 10 ਬੰਦੇ ਗਲਤ ਹੋਣਗੇ ਆਪਾਂ ਸਾਰਿਆਂ ਨੂੰ ਉਹਦੇ ਵਿੱਚ ਰਗੜ ਕੇ ਰੱਖ ਦਈਏ ਇਸ ਕਰਕੇ ਹਜ਼ੂਰ ਨੇ ਸੋਚਿਆ ਵੀ ਇਹਨੂੰ ਕੀ ਦਈਏ ਕੁਝ ਵੀ ਦਿਸਿਆ ਨਾ ਅਖੀਰ ਨੂੰ ਗੱਦੀ ਤੋਂ ਉੱਠਣ ਲੱਗੇ ਉੱਧਰੋਂ ਗੋਪਾਲਾ ਜੀ ਆ ਗਏ ਜਿਨ੍ਹੀ ਨਾਮ ਧਿਆਇਆ ਗਏ ਮਸਕਤ ਕਾਲ ਅਤੇ ਨਾਲ ਹੀ ਮਨ ਵਿੱਚ ਵਿਚਾਰ ਆ ਗਿਆ ਜਿਹੜਾ ਗੁਰੂ ਸਾਹਿਬ ਨੇ ਸ਼ਰਤ ਲਾਈ ਸੀ ਕਿ ਬਾਣੀ ਪੜ੍ਹਦਿਆਂ ਕੋਈ ਖਿਆਲ ਨਹੀਂ ਆਉਣਾ ਚਾਹੀਦਾ ਬੜਾ ਔਖਾ ਸੀ ਮਨ ਵਿੱਚ ਖਿਆਲ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਵੇਖ ਕੇ ਮਨ ਵਿੱਚ ਸੋਚਦੇ ਨੇ ਵੀ ਮੈਂ ਤਾਂ ਸੋਚਿਆ ਸੀ ਘੋੜਾ ਬਾਹਰ ਬਹੁਤ ਵਧੀਆ ਵੱਜਾ ਗੁਰੂ ਹਰਗੋਬਿੰਦ ਸਾਹਿਬ ਇਨਾਮ ਵਿੱਚ ਦੇ ਦੇਣਗੇ ਅਤੇ ਉੱਠ ਕੇ ਤੁਰ ਵੀ ਚੱਲੇ ਨੇ
ਹੁਣ ਗੁਰੂ ਸਾਹਿਬ ਤੇ ਉੱਠ ਰਹੇ ਸਨ ਗੱਦੀ ਦੇਣ ਵਾਸਤੇ, ਵੀ ਹੁਣ ਦਿਆਂ ਕੀ ਇਹਨੂੰ, ਕੋਈ ਚੀਜ਼ ਛੋਟੀ, ਸਾਰੀਆਂ ਛੋਟੀਆਂ ਪੈ ਗਈਆਂ। ਜਦੋਂ ਖਿਆਲ ਆਇਆ ਘੋੜੇ ਦਾ, ਸਤਿਗੁਰੂ ਫਿਰ ਉੱਥੇ ਬੈਠ ਗਏ, ਭੋਗ ਪਿਆ ਜਿਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਗੁਰੂ ਹਰਗੋਬਿੰਦ ਸਾਹਿਬ ਉੱਠੇ, ਉੱਠ ਕੇ ਗੋਪਾਲੇ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਇੱਕ ਗੱਲ ਕਹੀ ਸੀ, ਗੋਪਾਲਿਆ ਤੂੰ ਬਾਣੀ ਪੜੀ ਹੈ ਘੋੜਿਆਂ ਦੇ ਪਿੱਛੇ ਤੁਰਿਆ, ਇਹ ਤੇ ਸਾਰਾ ਕੁਝ ਤੇਰੇ ਪਿੱਛੇ ਆਪਣੇ ਆਪ ਤੁਰਿਆ ਫਿਰੇਗਾ, ਇਹ ਸਾਰਾ ਕੁਝ ਤੇਰੇ ਪੈਰਾਂ ਦੀ ਖਾਕ ਬਣ ਜਾਏਗਾ। ਮਹਾਰਾਜ ਮੈਂ ਤੇ ਸੋਚਿਆ ਸੀ ਤੁਸੀਂ ਉੱਠ ਕੇ ਚੱਲੇ ਹੋ, ਤੁਰ ਚੱਲੇ ਹੋ। ਕਹਿਣ ਲੱਗੇ ਅਖੀਰਲੀ ਪੰਕਤੀ ਤੇ ਆ ਕੇ ਤੇਰਾ ਧਿਆਨ ਖਿੰਡ ਗਿਆ, ਘੋੜੇ ਵਿੱਚ ਚਲਾ ਗਿਆ। ਭਾਈ ਗੋਪਾਲਾ ਜੀ ਕਹਿਣ ਲੱਗੇ, ਮਹਾਰਾਜ ਮੇਰਾ ਧਿਆਨ ਤਾਂ ਖਿੰਡਿਆ ਤੁਸੀਂ ਉੱਠਣ ਲੱਗੇ ਸੋ ਮੈਂ ਵੇਖ ਲਿਆ ਤੇ ਮਨ ਨੇ ਸੋਚਿਆ ਵੀ ਇਹ ਤੇ ਤੁਰ ਚੱਲੇ ਨੇ। ਸਤਿਗੁਰਾਂ ਨੇ ਕਿਹਾ, ਗੋਪਾਲਿਆ ਮੈਂ ਚੱਲਾ ਨਹੀਂ ਸਾਂ, ਮੈਂ ਬੜਾ ਸੋਚਿਆ ਅੱਜ ਗੋਪਾਲੇ ਨੂੰ ਜਪਜੀ ਸਾਹਿਬ ਦੇ ਨਾਲ ਕੀ ਦਿਆਂ, ਭੇਟਾ ਕੀ ਕਰਾਂ, ਬੜਾ ਕੁਝ ਵੇਖਿਆ ਸਾਰਾ ਕੁਝ ਛੋਟਾ ਸੀ। ਅਖੀਰ ਨੂੰ ਮੈਨੂੰ ਅੰਦਰੋਂ ਆਵਾਜ਼ ਆਈ ਕਿ ਗੁਰੂ ਨਾਨਕ ਦੀ ਬਾਣੀ ਪੜ੍ਹਨ ਵਾਲੇ ਨੂੰ ਹੋਰ ਸਭ ਕੁਝ ਛੋਟਾ ਪੈ ਜਾਂਦਾ, ਇਸ ਕਰਕੇ ਮੈਂ ਸੋਚਿਆ ਸੀ ਅੱਜ ਮੈਂ ਸਿੱਖ ਬਣ ਕੇ ਸੰਗਤ ਵਿੱਚ ਬਹਿ ਜਾਣਾ ਹੈ ਅਤੇ ਭਾਈ ਗੋਪਾਲੇ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕਰ ਦੇਣਾ ਹੈ। ਇੱਥੋਂ ਤੱਕ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਚਾਰ ਜੰਗਾਂ ਲੜੀਆਂ, ਗੁਰਬਾਣੀ ਦਾ ਸਤਿਕਾਰ ਕੀਤਾ, ਇੰਨਾ ਪਿਆਰ ਕੀਤਾ, ਸੋ ਬਾਕੀ ਦਾ ਰਹਿੰਦਾ ਜਿਹੜਾ ਸ਼ਬਦ ਹੈ ਉਹ ਯਤਨ ਕਰਾਂਗੇ, ਕੱਲ੍ਹ ਨੂੰ ਆਪਾਂ ਸੰਪੂਰਨ ਕਰਾਂਗੇ। ਸੋ ਇੰਨੀਆਂ ਬੇਨਤੀਆਂ, ਸਮਾਂ ਉੱਪਰ ਹੋ ਚੁੱਕਾ ਹੈ, ਆਪ ਜੀ ਨੇ ਪ੍ਰਵਾਨ ਕਰ ਲੈਣੀਆਂ। ਅਨੇਕਾਂ ਹੀ ਬੇਅੰਤ ਇਸ ਵਿਸ਼ੇ ਨੂੰ ਵਾਚਦਿਆਂ ਹੋਇਆਂ ਭੁੱਲਾਂ ਹੋਈਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।